ਸ਼੍ਰੀਕਾਲ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਨਮਸਕਾਰ ਖੰਨੀ ਖੰਮਾ ਵਾਓ ਨਵਾਂ ਐਡੀਸ਼ਨ ਹੋ ਗਿਆ ਜੀ ਇਹਦਾ ਮੈਨੂੰ ਮਤਲਬ ਵੀ ਦੱਸੋ ਜਸਟ ਯੂ ਆਰ ਜਸਟ ਵਾਚਿੰਗ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਖੰਮਾ ਗਣੀ ਦਾ ਮਤਲਬ ਕੀ ਹੈ ਜੀ ਖੰਮਾ ਗਣੀ ਜਿਹੜਾ ਹੈ ਇਹ ਰਾਜਸਥਾਨ 'ਚ ਇਹਦੇ ਨਾਲ ਗ੍ਰੀਟਿੰਗ ਕਰਦੇ ਅੱਜ ਕੱਲ੍ਹ ਰਾਜਸਥਾਨ ਬੜਾ ਹਾਈਲਾਈਟ 'ਚ ਆਇਆ ਹੋਇਆ ਖਾਸ ਕਰਕੇ ਜੋਧਪੁਰ ਸੋ ਇੱਥੇ ਸਾਰਿਆਂ ਨੇ ਰਿਸਰਚ ਕੀਤੀ ਹੈ ਕਿ ਜੋਧਪੁਰ ਕਿੱਥੇ ਹੈ ਰਾਜਸਥਾਨ 'ਚ ਹੈ ਖੰਮਾ ਗਣੀ ਕਿਉਂ ਕਹਿੰਦੇ ਨੇ ਅਸਲ 'ਚ ਮੈਂ ਪੜ੍ਹਿਆ ਖੰਮਾ ਗਣੀ ਦਾ ਕੀ ਮਤਲਬ ਹੈ ਖੰਮਾ ਦਾ ਮਤਲਬ ਹੈ ਸ਼ਮਾ ਮਾਫ਼ੀ ਔਰ ਗਣੀ ਦਾ ਮਤਲਬ ਹੈ ਲਾਟ ਜਵਾਬ ਵਾਪਸ ਆਂਦਾ ਗਣੀ ਗਣੀ ਖੰਮਾ ਸਾ ਸੋ ਫੋਰਗਿਵਨੈਸ ਲਾਟ ਫੋਰਗਿਵਨੈਸ ਸੋ ਆਪਾਂ ਫੋਰਗਿਵਨੈਸ ਤੋਂ ਸ਼ੁਰੂ ਕਰਾਂਗੇ ਯੈਸ ਮੈਨੂੰ ਕਿਸੇ ਦੀ ਕਾਲ ਆਈ ਪਰਸੋਂ ਅਤੇ ਮੇਰਾ ਯੂ ਐੱਸ 'ਚ ਫਰੈਂਡ ਸੀਗਾ ਹੀ ਇਜ਼ ਫਰੋਮ ਪਾਕਿਸਤਾਨ ਤਾਂ ਉਹਨੇ ਮੈਨੂੰ ਕਿਹਾ ਯਾਰ ਜੋਧਪੁਰ ਕਿੱਥੇ ਮੈਂ ਕਿਹਾ ਜੋਧਪੁਰ ਕੀ ਹੋਏਗਾ ਕਹਿੰਦਾ ਯਾਰ ਸਲਮਾਨ ਜੇਲ੍ਹ ਚਲਾ ਗਿਆ ਸੋ ਜੋਧਪੁਰ ਕਿਸੇ ਨੂੰ ਜਿਹਨੂੰ ਨਹੀਂ ਪਤਾ ਸੀ ਜੋਧਪੁਰ ਕਿੱਥੇ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਜੋਧਪੁਰ ਹੈ ਕਿੱਥੇ ਅਤੇ ਅੱਜ ਆਪਾਂ ਇਸ ਆਪਣਾ ਐਪੀਸੋਡ ਸਲਮਾਨ ਜੀ ਤੋਂ ਸ਼ੁਰੂ ਕਰਨੇ ਹਾਂ ਐਂਡ ਲੈਟਸ ਸੀ ਵਾਟ ਹੈਪਨਸ ਜੀ ਔਰ ਜਿਸ ਤਰ੍ਹਾਂ ਕਿ ਮੇਰੀ ਜਿਹੜੀ ਬਹੁਤ ਸਾਰੀ ਆਡੀਅੰਸ ਜਾਂ ਮੇਰੇ ਪਰਿਵਾਰ ਵਾਲੇ ਨੇ ਉਹ ਸਾਰੇ ਜਾਣਦੇ ਨੇ ਕਿ ਮੋਨੀ ਗਿੱਲ ਸਲਮਾਨ ਖਾਨ ਦੀ ਬਹੁਤ ਹਿਊਜ ਫੈਨ ਆਫ ਸਲਮਾਨ ਖਾਨ ਅਤੇ ਮੇਰਾ ਆਈ ਥਿੰਕ ਬਚਪਨ ਦਾ ਕ੍ਰਸ਼ ਹੀ ਕਹਿ ਸਕਦੀ ਹਾਂ ਉਸ ਜ਼ਮਾਨੇ 'ਚ ਪਤਾ ਨਹੀਂ ਹੁੰਦਾ ਸੀ ਕਿ ਲਵ ਕੀ ਚੀਜ਼ ਹੈ ਵੈਨ ਯੂ ਆਰ ਯੰਗ ਅਤੇ ਅਸੀਂ ਫੈਨ ਆ ਫੈਨ ਫੈਨ ਨੂੰ ਤੁਸੀਂ ਕਿਸੇ ਕੈਟਾਗਰੀ 'ਚ ਨਹੀਂ ਪਾ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਮ ਇਨ ਲਵ ਵਿਦ ਸਮਵਨ ਇਹ ਤੁਸੀਂ ਫੈਨ ਹੋ ਅਤੇ ਲਓ ਜੀ ਮੇਰੇ ਖਿਆਲ ਨਾਲ ਆਲਰੇਡੀ ਸਾਡੇ ਨਾਲ ਫਸਟ ਕਾਲਰ ਜੁੜ ਗਏ ਨੇ ਲੈਟਸ ਸੀ ਹੂ ਇਜ਼ ਦਿਸ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬਲਜੀਤ ਬਹੁਤ ਬਹੁਤ ਸਵਾਗਤ ਹੈ ਜਸਟ ਚਿਲ ਤੇ ਥੈਂਕ ਯੂ ਔਰ ਅੱਜ ਦਾ ਸਪੈਸ਼ਲ ਟੌਪਿਕ ਹੈਗਾ ਸਲਮਾਨ ਖਾਨ ਜਿਹੜੇ ਕਿ ਅਸੀਂ ਦੋਨੋਂ ਡੀਅਰਲੀ ਸ਼ੇਅਰ ਕਰਦੇ ਹਾਂ ਸੋ ਤੁਹਾਡੇ ਪਹਿਲੀ ਗੱਲ ਤੇ ਵਿਚਾਰ ਦੱਸੋ ਜਦੋਂ ਕਿ ਤੁਹਾਨੂੰ ਖਬਰ ਮਿਲੀ ਕਿ ਸਲਮਾਨ ਖਾਨ ਜੀ ਜੇਲ੍ਹ 'ਚ ਚਲੇ ਗਏ ਨੇ ਔਰ ਸਰਟਨ ਈਅਰ ਵਾਸਤੇ ਜਾ ਰਹੇ ਨੇ ਅਤੇ ਕੀ ਤੇਰੇ ਦਿਮਾਗ ਦੇ ਵਿੱਚ ਐਜ਼ ਏ ਫੈਨ ਐਜ਼ ਏ ਸਲਮਾਨ ਲਵਰ ਕੀ ਥੋਟ ਪ੍ਰੋਸੈਸ ਗੁਜ਼ਰਿਆ ਤੇਰੇ ਦਿਮਾਗ 'ਚੋਂ ਰੇਪਸਟ ਜਿਹੜੇ ਹੈਗੇ ਓਪਨਲੀ ਫਿਰਦੇ ਨੇ ਤੇ ਸਲਮਾਨ ਖਾਨ ਨੂੰ ਗਿਰਨ ਮਾਰਿਆ ਤੇ 5 ਸਾਲ ਦੀ ਸਜ਼ਾ ਇਹ ਜੋਕ ਨਹੀਂ ਲੱਗਦਾ ਤੇ ਹੈ ਜੋਕ ਲੇਕਿਨ ਜਿਹੜੇ ਐਨੀਮਲ ਲਵਰਸ ਨੇ ਸ਼ਾਇਦ ਉਹਨਾਂ ਨੂੰ ਤਸੱਲੀ ਆਈ ਹੋਪ ਕਿ ਹਲੇ ਵੀ ਤਸੱਲੀ ਆ ਗਈ ਹੋਵੇ ਔਰ ਜਿਹੜੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਉਹ ਐਨੀਮਲ ਲਵਰਸ ਘੱਟ ਨੇ ਉਹਦੀ ਪਾਪੂਲੈਰਿਟੀ ਜਿਹੜੀ ਹੈਗੀ ਹੈ ਉਸ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਜ਼ਿਆਦਾ ਹੋ ਰਹੀ ਹੈ ਹੋ ਸਕਦਾ ਤੇ ਮੈਨੂੰ ਤੇ ਬੜਾ ਸ਼ੌਕ ਲੱਗਿਆ ਸੀ ਜਿਵੇਂ ਤੈਨੂੰ ਲੱਗਿਆ ਐਗਜੈਕਟਲੀ ਐਜ਼ ਏ ਸਲਮਾਨ ਫੈਨ ਔਰ ਬੜਾ ਸੈਡ ਵੀ ਫੀਲ ਹੁੰਦਾ ਕਿ ਠੀਕ ਹੈ ਜਿਹੜੀ ਅਸੀਂ ਇੰਡੀਅਨ ਗਵਰਨਮੈਂਟ ਨੂੰ ਅਸੀਂ ਕੋਈ ਕੁਐਸਚਨ ਨਹੀਂ ਕਰਾਂਗੇ ਕਿ ਕਿਵੇਂ ਜੱਜ ਕਰਨਾ ਚਾਹੀਦਾ ਜਾਂ ਕਿਵੇਂ ਸਜ਼ਾ ਦੇਣੀ ਚਾਹੀਦੀ ਹੈ ਲੇਕਿਨ ਅਗਰ ਕਿਸੇ ਨੇ ਕ੍ਰਾਈਮ ਕੀਤਾ ਹੈ ਤਾਂ ਐਟਲੀਸਟ ਉਹਨੂੰ ਉਹ ਸਜ਼ਾ ਉਸੇ ਦੌਰਾਨ ਮਿਲਣੀ ਚਾਹੀਦੀ ਹੈ ਨਾ ਕਿ ਆਫਟਰ 20 ਈਅਰ ਸੋ ਇਹ ਕੰਸੈਪਟ ਇੰਡੀਆ ਦੇ ਵਿੱਚ ਲਾ 20 ਈਅਰ ਤਾਂ ਬਹੁਤ ਘੱਟ ਚੀਜ਼ਾਂ ਨੇ ਮੋਨੀ ਇਹ ਤਾਂ ਕੰਟੀਨਿਊਸਲੀ ਪਰ ਕਿੰਨੇ ਕਿੰਨੇ ਸਾਲ ਚੱਲਦਾ ਰਿਹਾ ਯਾ ਸੋ ਇਹ ਰਾਈਟ ਨਹੀਂ ਹੈ ਹੁਣ ਇਹ ਸੋਚ ਇਹਨੇ ਤਾਂ ਚਲ ਹਿਰਨ ਮਾਰਿਆ ਸੀ ਅਤੇ ਜਿਹੜੇ ਰੀਅਲ ਕਾਤਿਲ ਨੇ ਜਿਨ੍ਹਾਂ ਨੇ ਮਰਡਰ ਕੀਤੇ ਹੋਏ ਨੇ ਐਜ਼ ਯੂ ਸੈਡ ਕਿ ਕਿੰਨੇ ਰੇਪਿਸਟ ਜਿਹੜੇ ਘੁੰਮਦੇ ਪਏ ਨੇ ਜਾਂ ਹੋਰ ਕਿੰਨੇ 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 ਕਿਸੇ ਨੇ ਬੈਂਕ ਲੁੱਟੇ ਕਿਸੇ ਨੇ ਕੀ ਕਰ ਦਿੱਤਾ ਅਤੇ ਉਹਨਾਂ ਦੇ ਤਾਂ ਮੌਜਾਂ ਜੇ ਉਹਨਾਂ ਨੂੰ 20-30 ਸਾਲ ਦੀਆਂ ਇੱਦਾਂ ਹੀ ਛੁੱਟੀ ਮਿਲਦੀ ਪਈ ਹੈ ਤੇ ਉਹਨਾਂ ਦੀ ਤਾਂ ਮੌਜਾਂ ਲੱਗ ਗਈਆਂ ਬਿਲਕੁਲ ਔਰ ਵੈਸੇ ਵੀ ਪਤਾ ਹੀ ਹੈ 20-30 ਸਾਲ ਬਾਅਦ ਜਿਹੜੇ ਵਿਚਾਰੇ ਨੇ ਕ੍ਰਾਈਮ 34-35 ਸਾਲ ਕੀਤਾ ਉਹਨੇ 60 ਸਾਲ ਵੈਸੇ ਐਕਸਪਾਇਰ ਹੋਏ ਆ ਰਾਜੇ ਮਹਾਰਾਜੇ ਵੀ ਤਾਂ ਸ਼ਿਕਾਰ ਕਰਦੇ ਹੁੰਦੇ ਸੀ
ਯੈਪ ਤਦੋਂ ਕਾਨੂੰਨ ਉਹਨਾਂ ਦਾ ਆਪਣਾ ਹੁੰਦਾ ਸੀ ਨਾ ਬੱਜੀ ਕਾਨੂੰਨ ਕਾਨੂੰਨ ਨਹੀਂ ਸੀ ਉਦੋਂ ਇਹ ਗੱਲ ਸਹੀ ਹੈ ਮੈਂ ਵੀ ਨਹੀਂ ਸੋਚੀ ਐਕਚੁਅਲੀ ਸਲਮਾਨ ਖਾਨ ਵਾਸ਼ਿੰਗਟਨ ਡੀਸੀ ਦੇ ਵਿੱਚ ਯੂ ਐਸ ਟੂਰ ਦੇ ਵਿੱਚ ਆ ਰਿਹਾ ਹਾਓ ਐਕਸਾਈਟਿਡ ਆਰ ਯੂ ਸੋ ਬਲਜੀਤ ਨੇ ਤਾਂ ਟਿਕਟ ਲੈ ਲਈ ਹੋਣੀ ਸਲਮਾਨ ਖਾਨ ਦੇ ਸ਼ੋਅ ਦੀ ਸਲਮਾਨ ਖਾਨ ਦੇ ਫੈਨ ਆ ਇਸ ਕਰਕੇ ਬਿਲਕੁਲ ਬਿਲਕੁਲ ਜੋ ਵੀ ਮਰਜ਼ੀ ਸਮਝ ਲਓ ਬਟ ਅਸੀਂ ਤਾਂ ਮਤਲਬ ਆਲਵੇਜ਼ ਹੀ ਸਪੋਰਟ ਕੀਤਾ ਜੋ ਵੀ ਹੈਗਾ ਯਾ ਹਾਂ ਵੈਸੇ ਤੁਹਾਡੇ ਵਰਗੇ ਫੈਨ ਮੇਰੇ ਖਿਆਲ 1988 ਤੋਂ ਹੀ ਫੈਨ ਫਾਲੋਇੰਗ ਚੱਲ ਰਹੀ ਤੁਹਾਡੀ ਜਦੋਂ ਤੋਂ ਸਲਮਾਨ ਨੂੰ ਵੇਖਿਆ 86 ਤੋਂ ਵੀਰ ਜੀ 1986 ਤੋਂ ਅੱਛਾ ਮੈਂ ਤਾਂ ਬੀਵੀ ਹੋ ਤਾਂ ਐਸੀ ਜਦੋਂ ਸ਼ੁਰੂਆਤ ਓਏ ਹੋਏ ਅੱਛਾ ਅੱਛਾ ਮੈਂ 2 ਸਾਲ ਬਾਅਦ ਚ ਸ਼ੁਰੂ ਹੋਇਆ ਸੀ ਸ਼ਾਇਦ ਮੈਂ ਵੀ 2 ਸਾਲ ਬਾਅਦ ਸੋ ਇਹ ਨੰਬਰ ਲੈ ਗਈ ਹੈ ਮੇਰੇ ਤੋਂ ਮੈਨੂੰ ਤਾਂ ਵੀਆਈਪੀ ਟਿਕਟ ਮਿਲਣੀ ਚਾਹੀਦੀ ਹੈ ਯਾ ਚਲੋ ਅਸੀਂ ਜਿਹੜੇ ਵੀ ਇੱਥੇ ਦੇ ਲੋਕਲ ਜਿਹੜੇ ਪ੍ਰਮੋਟਰ ਨੇ ਅਸੀਂ ਮੇਕ ਸ਼ੋਰ ਕਰਾਂਗੇ ਜਿਹੜੇ ਪ੍ਰਮੋਟਰ ਸਾਹਿਬ ਨੇ ਉਹਨਾਂ ਤੱਕ ਤੁਹਾਡਾ ਮੈਸੇਜ ਪਹੁੰਚਾ ਦਾਂਗੇ ਕਿ ਇਹ ਕਿੱਥੇ ਫੈਨ ਹੈਗੀ 86 ਤੋਂ ਪਲੀਜ਼ ਮੇਕ ਸ਼ੋਰ ਕਰਨਾ ਸੋ ਟਿਕਟ ਵਾਸਤੇ ਮੇਕ ਸ਼ੋਰ ਕਰਨਾ ਕਿ ਤੁਸੀਂ ਉਹਨਾਂ ਦੇ ਜਿਹੜੇ ਸਲਮਾਨ ਖਾਨ ਦੇ ਜਿਹੜੇ ਸ਼ੋਜ਼ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਫਰੈਂਡਸ ਨੂੰ ਦੱਸਣਾ ਫੈਮਿਲੀਜ਼ ਵਗੈਰਾ ਨਾਲ ਸ਼ੇਅਰ ਕਰਨਾ ਔਰ ਜਾਂਦੇ ਜਾਂਦੇ ਮੈਂ ਹੀ ਕਹਾਂਗੀ ਤੁਹਾਡੇ ਨਾਲ ਕਿ ਥੈਂਕ ਯੂ ਫੋਰ ਕਾਲਿੰਗ ਐਂਡ ਬੀਇੰਗ ਹਿਊਮਨ ਥੈਂਕ ਯੂ ਆਲਰਾਈਟ ਸਤਿ ਸ਼੍ਰੀ ਅਕਾਲ ਬਲਜੀਤ ਬਿਲਕੁਲ ਸਹੀ ਕਿਹਾ ਬਲਜੀਤ ਨੇ ਕਿ ਸਾਡਾ ਜਿਹੜਾ ਅਸੀਂ ਕਿਸੇ ਕਾਨੂੰਨ ਜਾਂ ਕਿਸੇ ਕੰਟਰੀ ਦੇ ਜੁਰੀਡਿਕਸ਼ਨ ਬਾਰੇ ਕੁਛ ਜ਼ਿਆਦਾ ਨਹੀਂ ਕਹਿ ਰਹੇ ਸੋ ਪਲੀਜ਼ ਡੋਨਟ ਟੇਕ ਇਟ ਪਰਸਨਲੀ ਔਰ ਸਾਨੂੰ ਉਸ ਕਾਨੂੰਨ ਦੇ ਲੈਵਲ ਤੱਕ ਨਾ ਨਹੀਂ ਉਲਟਾ ਸੀ ਇਹ ਕਹਿ ਰਹੇ ਕਿ ਉਹਦਾ ਸਪੀਡੀ ਕਰਨਾ ਚਾਹੀਦਾ ਉਹਨੂੰ ਉਸ ਪ੍ਰੋਸੈਸ ਦਾ ਚੱਕਰ ਕਿ ਉੱਥੇ ਪ੍ਰੋਸੈਸ ਇੰਨਾ ਸਲੋ ਹੈ ਸ਼ੀ ਇਜ਼ ਰਾਈਟ ਕਿ ਉੱਥੇ ਜਿਹੜਾ ਕਦੀ ਕਿਸੇ ਤੋਂ ਅਗਰ ਕ੍ਰਾਈਮ ਵੀ ਹੋ ਜਾਏ ਤੁਸੀਂ ਦੇਖ ਦਿਓ ਕਿ 20-20 ਸਾਲ 30-30 ਸਾਲ ਬਾਅਦ ਨੰਬਰ ਆਉਂਦੇ ਨੇ ਕਈ ਵਾਰੀ ਤੇ ਕਈ ਕੇਸਾਂ ਦੇ ਬੰਦੇ ਜਿਹੜੇ ਇਹਨੂੰ ਗੁਜ਼ਰ ਗਏ ਨੇ ਔਰ ਉਹਨਾਂ ਨੂੰ ਬਾਅਦ 'ਚ ਸਜ਼ਾ ਹੋ ਰਹੀ ਹੈ ਔਰ ਕਈ ਕੇਸਿਸ 'ਚ ਇੰਝ ਹੁੰਦਾ ਕਿ ਉਹ ਜ਼ਮੀਨ ਜਿਹੜੀ ਜਿਹਦੇ ਲਈ ਕੇਸ ਕੀਤਾ ਹੈਗਾ ਉਹ ਬੰਦਾ ਹੀ ਨਹੀਂ ਰਹਿੰਦਾ ਉਹ ਫੈਮਿਲੀ ਨਹੀਂ ਰਹਿੰਦੀ ਔਰ ਬਾਅਦ 'ਚ ਫੈਸਲਾ ਹੁੰਦਾ ਜੀ ਅਸੀਂ ਇਹ ਨਹੀਂ ਕਹਿ ਰਹੇ ਕਿ ਮਾਫ਼ੀ ਦੇ ਦਿੱਤੀ ਜਾਣੀ ਚਾਹੀਦੀ ਹੈ ਬਿਲਕੁਲ ਵੀ ਗਲਤ ਨਾ ਲੈਣਾ ਅਸੀਂ ਇਹ ਕਹਿ ਰਹੇ ਹਾਂ ਕਿ ਅਗਰ ਕਿਸੇ ਬੰਦੇ ਨੇ ਕ੍ਰਾਈਮ ਕੀਤਾ ਹੈ ਭਾਵੇਂ ਸਲਮਾਨ ਖਾਨ ਹੈ ਜਾਂ ਸਲਮਾਨ ਖਾਨ ਦਾ ਪਿਓ ਹੈ ਅਤੇ ਅਗਰ ਉਹਨੇ ਕ੍ਰਾਈਮ ਕੀਤਾ ਹੈ ਤਾਂ ਉਹਨੂੰ ਉਸ ਚੀਜ਼ ਦੀ ਸਜ਼ਾ ਔਨ ਦਾ ਸਪਾਟ ਦੇਵੋ ਹੁਣ ਸਲੀਮ ਨੂੰ ਅੰਦਰ ਨਾ ਕਰਾਓ ਸਲਮਾਨ ਖਾਨ ਦਾ ਪਿਓ ਮਤਲਬ ਨੋ ਐਕਚੁਅਲੀ ਮੈਨੂੰ ਇੰਨਾ ਜ਼ਰੂਰ ਪਤਾ ਕਿ ਵੈਨ ਹੀ ਵਾਜ਼ ਯੰਗ ਅਤੇ ਉਦੋਂ ਹਰ ਇੱਕ ਇਨਸਾਨ ਅਸੀਂ ਆਪਣੀ ਜਰਨੀ ਵੇਖ ਲਿੱਤੀ ਲਈਏ ਅਤੇ ਹਰੇਕ ਇਨਸਾਨ ਜਵਾਨੀ ਦੇ ਵਿੱਚ ਕੁਛ ਐਸੇ ਕੰਮ ਕਰਦਾ ਜਿਹੜੇ ਕਿ ਉਹ ਸ਼ਾਇਦ ਉਹ ਨਾ ਕਰਦਾ ਤਾਂ ਬੈਟਰ ਹੁੰਦਾ ਬਟ ਸ਼ੀਜ਼ ਰਾਈਟ ਸਾਨੂੰ ਪਤਾ ਹੀ ਨਹੀਂ ਕਿ ਇਹ ਹੋਇਆ ਕਿ ਨਹੀਂ ਹੋਇਆ ਯਾ ਠੀਕ ਹੈ ਜਿਹੜੀ ਚੀਜ਼ ਇੱਕ ਹੋਇਆ ਨਹੀਂ ਹੋਇਆ ਚਲੋ ਉਹਨੇ ਕਿਹਾ ਕਿ ਚਲੋ ਮਾਰ ਹੀ ਦਿੱਤੇ ਹਰਨ ਮਾਰਤੇ ਠੀਕ ਹੈ ਉਹਦੀ ਡਰੈਗ ਕਰਤਾ 20 ਸਾਲ ਲਈ ਇਹ ਮੇਰਾ ਖਿਆਲ ਹਮ ਸਾਥ ਸਾਥ ਹੈ ਮੂਵੀ ਦੀ ਸ਼ੂਟਿੰਗ ਚੱਲ ਰਹੀ ਸੀਗੀ ਇਹਨਾਂ ਨਾਲ ਹੋਰ ਵੀ ਸਾਥੀ ਸੀ ਸਾਥ ਸਾਥ ਸੈਫ ਅਲੀ ਸਾਹਿਬ ਤੇ ਨੀਲਮ ਤੇ ਹੋਰ ਦੋ ਤਿੰਨ ਜਣੇ ਸੀਗੇ ਉਹ ਬਚ ਗਏ ਨੇ ਮਕਸਦ ਇਹ ਨਹੀਂ ਹੈ ਕਿ ਉਹਨੇ ਕੀਤਾ ਜਾਂ ਨਹੀਂ ਕੀਤਾ ਲੇਕਿਨ ਮਕਸਦ ਇਹ ਹੈ ਕਿ ਉਸ ਚੀਜ਼ ਨੂੰ ਸਪੀਡ ਅਪ ਕੀਤਾ ਜਾਣਾ ਚਾਹੀਦਾ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੈਗੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ ਮੁਬਾਰਕ ਦੱਸੋਗੇ ਥੋੜਾ ਆਪਣੇ ਸ਼ੋਅ ਬਾਰੇ ਕਿ ਇਹ ਸਲਮਾਨ ਖਾਨ ਜੀ ਦਾ ਸ਼ੋਅ ਇੰਨੇ ਸਾਲਾਂ ਬਾਅਦ ਹੋ ਰਿਹਾ ਕੀ ਹੋਣਾ ਇਹਦੇ ਵਿੱਚ ਜੀ ਹਾਂ ਮੈਂ ਉਸ ਸ਼ੋਅ ਦੇ ਹਿੱਸਾ ਰਹੀ ਹਾਂ ਸਲਮਾਨ ਤੋਂ ਹੈਗੀ ਹੈ
Very nice, very nice. Very proud of you, Paji. And especially मेरे तरफों मैं कहूँगी क्योंकि मैं सलमान की बहुत बड़ी फैन हाँ और मैं इतने जो वर्जीनिया नवी नवी मूव हुई सी तो मैं पहला शो थोड़ा वेख्या सी जिहड़ा कि तुसी सलमान खान नूं और संजय दत्त नूं लेके आए सी इकट्ठा. सो एज ए ऑडियंस ओ अच्छा वाओ 93 अच्छा फिर मैं वो मिस किया है. चलो फिर मैं आई एम लुकिंग फॉरवर्ड कि मैं सलमान नाल दो गल्लां बातां कर सका माई टीवी दे जी जरूर. और मैं एक्साइटेड हाँ कि और इन्ने साल बाद ये तुसी सोचा कि सलमान का शो भाजी एक रिस्क फैक्टर भी सीगा तुसी ए रिस्क लैण वास्ते रेडी हो गए सी. पूरे वर्जीनिया नूं पता है पूरे डीएमवी नूं पूरे अमेरिका नूं पता है कि भाजी बहुत वड्डे रिस्क टेकर ने. सो वी अपने टीवी तरफ असीं तुहानूं मुबारकबाद दिंदे आ और लुकिंग फॉरवर्ड तुहाडा ए टूर होएगा. नहीं नहीं लेकिन जिहड़ी साडी ऑडियंस है जिन्हां नूं थोड़ा जिहा कन्फ्यूजन सीगा डीएमवी एरिया च कि शायद शो कैंसल हो जाएगा तो उन्हां नूं तुसीं की मैसेज देना चाहोगे? मैं तो शुरू तों मैसेज दिया सी कि शो कैंसल नहीं होएगा. ओ बंदा ऐसा है कि और असीं पूरी जी जान नाल मेहनत करांगे इस चीज़ ते कि हॉल भर जावे. ते थैंक यू पाजी फॉर कॉलिंग अस एंड जांदे जांदे असीं सलमान खान जी दा ही नारा लगावांगे बीइंग ह्यूमन. बिल्कुल जी थैंक यू. मैं सुनया कि तू कह रहे कि जब जब अंदर आएगा जी कई लोगों ने फाइन दी वजह से बंद आ गए सुना सब तो फाइन पाते तो सब बंद रहे भैया ओ जेड़े अंदर से उन्हां दी भी फाइन पाते सलमान खान. वाओ हां वाओ मैं एकदम सब वो कह के कि भाई ना लोगों को पैसे नहीं आगे फाइन भर दे सलमान खान दे लई. सलमान खान 15 साल बाद आ रहा है बीइंग ह्यूमन उन्हें जो किया है असि टिकटा लेके बाय करके शो देखना है ਅਸੀਂ ਪੂਰੀ ਸਪੋਰਟ ਕਰਨੀ ਅਸੀਂ ਉਹਨੂੰ ਕਹਿਣਾ ਕਿ ਵਾਸ਼ਿੰਗਟਨ ਤੈਨੂੰ ਇੰਜ ਵੈਲਕਮ ਕਰੂਗਾ ਜੀ. ਤੇ ਥੈਂਕ ਯੂ ਪਾਜੀ ਫॉर ਕਾਲਿੰਗ ਅਸ ਸ਼ੋਰ ਯੂ ਸੀ ਯੂ ਆਲ देयर. ਥੈਂਕ ਯੂ ਜੀ. ਥੈਂਕ ਯੂ ਓਕੇ ਬਾਏ ਬਾਏ. ਦੇਖੋ ਜੀ ਕਹਿੰਦਾ ਜਿਹੜਾ ਸੂਰਜ ਹੈ ਉਹਨੂੰ ਭਾਵੇਂ ਜਿੰਨਾ ਮਰਜ਼ੀ ਬਦਲਾਂ ਪਿੱਛੇ ਲੁਕੋ ਲਓ ਤੁਸੀਂ ਲੇਕਿਨ ਉਹਨੇ ਆਪਣੀ ਕਿਰਨ ਉਹਨੇ ਕਿਵੇਂ ਨਾ ਕਿਵੇਂ ਪਹੁੰਚਾਈ ਦੇਣੀ. ਉਹਨੇ ਇੱਕ ਜਿਵੇਂ ਐਸ ਸੂਨ ਉਹ ਬਦਲ ਮਾੜਾ ਜਿਹਾ ਇੱਧਰ ਸ਼ਿਫਟ ਹੋਇਆ ਉਹਨੇ ਸੂਰਜ ਨੇ ਪੂਰਾ ਜਹਾਨ ਹੁਣ ਜਗਮਗਾ ਦੇਣਾ. ਇਹ ਖਬਰ ਕਿਸੇ ਚੈਨਲ ਤੇ ਨਹੀਂ ਹੈਗੀ ਕਿ ਸਲਮਾਨ ਖਾਨ ਜੀ ਨੇ ਅੰਦਰ ਰਹਿ ਕੇ ਜਿਨ੍ਹਾਂ ਦੇ ਕੋਲ ਪੈਸੇ ਬੇਲ ਦੇ ਨਹੀਂ ਜਾਂ ਫਾਈਨ ਦੇ ਪੈਸੇ ਨਹੀਂ ਸੀਗੇ ਉਹਨਾਂ ਸਾਰਿਆਂ ਦਾ ਫਾਈਨ ਭਰ ਕੇ ਉਹ ਆਪਣੇ ਨਾਲ ਲੈ ਕੇ ਗਏ. ਦੇਖੋ ਮੈਂ ਐਗਜੈਕਟਲੀ ਕੁਲਦੀਪ ਉੱਥੇ ਹੀ ਆਵਾਂਗੀ. ਫੋਨ ਤੋਂ ਪਹਿਲਾਂ ਅਸੀਂ ਸੀਗੇ ਜਵਾਨੀ 'ਚ ਇਨਸਾਨ ਬੜਾ ਕੁਛ ਕਰਦਾ ਔਰ ਸਿੱਖਦਾ ਆਪਣੀ ਮਿਸਟੇਕਸ ਤੋਂ ਔਰ ਇਨਸਾਨ ਹੀ ਉਹੀ ਹੈ ਜਿਹੜੀ ਆਪਣੀ ਮਿਸਟੇਕ ਤੋਂ ਸਿੱਖਦਾ. ਅਸੀਂ ਬਹੁਤ ਸਾਰੇ ਮੈਂ ਨਾਮ ਨਹੀਂ ਲਾਂਗੀ ਸਾਡੇ ਬੜੇ ਵੱਡੇ ਵੱਡੇ ਲੋਕਾਂ ਨੇ ਗ੍ਰੰਥ ਲਿਖੇ ਨੇ ਪਹਿਲਾਂ ਉਹ ਡਾਕੂ ਹੋਇਆ ਕਰਦੇ ਸੀ
ਯੂ ਨੋ ਉਸ ਤੋਂ ਬਾਅਦ ਉਹਨਾਂ ਨੇ ਐਡੇ ਐਡੇ ਗ੍ਰੰਥ ਲਿਖ ਦਿੱਤੇ ਨੇ ਜਾਂ ਯੂ ਨੋ ਇੱਕ ਗੋਡ ਨੇ ਜਿਹਨਾਂ ਮੈਂ ਉਹਨਾਂ ਦਾ ਵੀ ਨਾਮ ਨਹੀਂ ਲਾਂਗੀ ਅਤੇ ਉਹ ਇੰਡੀਆ ਦੇ ਵਿੱਚ ਤੁਰ ਕੇ ਉਹਨਾਂ ਨੇ ਬੜੀ ਪਹਿਲਾਂ ਇੱਕ ਰਾਜਾ ਸੀਗੇ ਬੜੀ ਮਾਰ ਕਾਟ ਇਹ ਸਭ ਕੁਛ ਕੀਤਾ ਲੇਕਿਨ ਜਾ ਕੇ ਬਾਅਦ 'ਚੋਂ ਕਿਸੇ ਹੋਰ ਕੰਟਰੀ ਦੇ ਉਹ ਗੁਰੂ ਬਣ ਗਏ ਗੋਡ ਬਣ ਗਏ ਸੋ ਇਹ ਜਿਹੜਾ ਹਿਊਮਨ ਨੇਚਰ ਹੈ ਨਾ ਉਹਦੇ 'ਚ ਫਰਗਿਵਨੈਸ ਹੋਣੀ ਬਹੁਤ ਜ਼ਰੂਰੀ ਹੈ ਅਸੀਂ ਇਹ ਨਹੀਂ ਕਹਿ ਰਹੇ ਕਿ ਸਲਮਾਨ ਸਾਹਿਬ ਰਾਜਾ ਅਸ਼ੋਕ ਨੇ ਜੀ ਜਾਂ ਅਸੀਂ ਇਹ ਨਹੀਂ ਕਹਿ ਰਹੇ ਕਿ ਸਲਮਾਨ ਸਾਹਿਬ ਵਾਲਮੀਕੀ ਨੇ ਅਸੀਂ ਇਹ ਕਹਿ ਰਹੇ ਹਾਂ ਕਿ ਰੱਬ ਮਹਾਰਾਜ ਸਾਰਿਆਂ ਨੂੰ ਮੌਕਾ ਦਿੰਦਾ ਔਰ ਇਹ ਬੰਦਾ ਇੰਨੇ ਇਹਦੇ ਨਾਨ ਪ੍ਰੋਫਿਟ ਚੈਰਿਟੀਜ਼ ਔਰ ਸਭ ਕੁਝ ਚੱਲ ਰਿਹਾ ਡੋਨੇਸ਼ਨ ਦਿੰਦਾ ਆਪਣੀ ਇਨਕਮ ਦਾ 75% ਹਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਔਰ ਫਿਰ ਅੱਗੇ ਚੱਲੀਏ ਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ With Mr. and Mrs. Gill. Welcome once again. Welcome to our show. And I want to know what we have said that this person has charities. Yes. 75% charities are going on. How much money is going on, is going on donation. I don't know how much money is going on. So, no one is perfect, first of all. Everybody makes mistakes. ਇਸੇ ਕਰਕੇ ਅਸੀਂ ਇਨਸਾਨ ਹਾਂ ਨਹੀਂ ਤਾਂ ਰੱਬ ਬਣ ਜਾਈਏ ਜੇ ਸਾਡੇ 'ਚ ਕੋਈ ਖਾਮੀਆਂ ਨਾ ਹੋਈਏ ਹੋਣ ਤਾਂ ਅਸੀਂ ਰੱਬ ਬਣ ਜਾਈਏ ਫਿਰ ਅਸੀਂ ਧਰਤੀ 'ਤੇ ਨਹੀਂ ਕਿਤੇ ਹੋਰ ਹੀ ਮਿਲਾਂਗੇ ਰਾਈਟ ਉੱਥੇ ਆਪਾਂ ਜਾਣਾ ਨਹੀਂ ਹਲੇ ਤਾਂ ਜਾ ਨਹੀਂ ਸਕਦੇ ਕਹਿੰਦੇ ਕਿ ਕਾਨੂੰਨ ਦੇ ਹੱਥ ਬੜੇ ਲੰਮੇ ਨੇ ਜੀ ਅਤੇ ਮੈਂ ਹੁਣ ਕਹਾਂਗਾ ਲੱਤਾਂ ਵੀ ਲੰਮੀਆਂ ਕਰੋ ਐਂਡ ਹਾਰਟ ਅਤੇ ਦਿਲ ਵੀ ਲੰਮਾ ਵੱਡਾ ਕਰੋ ਕਿ ਲੱਤਾਂ ਇਸ ਕਰਕੇ ਕਿ ਇਹਨੂੰ ਸਪੀਡ ਅਪ ਕਰੋ ਪ੍ਰੋਸੈਸ ਨੂੰ ਔਰ ਵਟ ਐਵਰ ਦ ਡਿਸੀਜਨ ਇਜ਼ ਫਿਨਿਸ਼ ਇਟ ਆਫ ਕਿਉਂਕਿ ਉਹ ਬੰਦਾ ਵੀ ਵਿਚਾਰਾ ਵੇਟ ਕਰ ਰਿਹਾ 52 ਈਅਰ ਓਲਡ ਹੋ ਗਿਆ ਉਹ ਸ਼ਾਦੀ ਇਸ ਕਰਕੇ ਨਹੀਂ ਸ਼ਾਇਦ ਕਰ ਰਿਹਾ ਕਿ ਉਹਨੂੰ ਪਤਾ ਹੀ ਨਹੀਂ ਕਿ ਉਹ ਕਦੋਂ ਕੋਰਟ ਵਾਲੇ ਬੁਲਾ ਲੈਣ ਹਲੇ ਤੇ ਗਰਲਫ੍ਰੈਂਡ ਨੇ ਕੁਛ ਬੁਰਾ ਨਹੀਂ ਕਹਿੰਦੀਆਂ ਜਾਂ ਸੋਚਦੀਆਂ ਨਹੀਂ ਬੀਵੀ ਨੂੰ ਕੀ ਕਹੇਗਾ ਕਿ ਮੈਂ ਕਿੱਥੇ ਚੱਲਿਆ ਸੋ ਇਸ ਕਰਕੇ ਉਹਨੂੰ ਕਰੋ ਫਾਰਗ ਉਹ ਆਪਣੀ ਸ਼ਾਦੀ ਸ਼ੁਦੀ ਕਰੇ ਦੁਨੀਆ ਐਂਟਰਟੇਨਮੈਂਟ ਕਰੇ ਔਰ ਦੂਸਰਾ ਜਿਸ ਤਰ੍ਹਾਂ ਕਿ ਅਸੀਂ ਕਿਹਾ ਕਿ ਖੰਮਾਗੜੀ ਖੰਮਾਗਣੀ ਤੇ ਉਹਨੂੰ ਪਲੇਸ ਤੁਹਾਡੇ ਸ਼ਹਿਰ ਦਾ ਪਰਸਨ ਹੈ ਕਿਉਂਕਿ ਤੁਹਾਡੇ ਸ਼ਹਿਰ ਦਾ ਹੀ ਐਡਾ ਵੱਡਾ ਜਿਹਨੂੰ ਅਸੀਂ ਸਤਿ ਸ੍ਰੀ ਅਕਾਲ ਕਹੀਦਾ ਜਿਹਨੂੰ ਅਸੀਂ ਨਮਸਕਾਰ ਕਹਿੰਦੇ ਹਾਂ ਜਾਂ ਅਸੀਂ ਖੰਮਾਗਣੀ ਕਹਿੰਦੇ ਹਾਂ ਅਤੇ ਇਹ ਤੁਹਾਡਾ ਅਗਰ ਇੱਕ ਇੱਕ ਨਮਸਕਾਰ ਹੀ ਤੁਹਾਡਾ ਇੰਨਾ ਖੂਬਸੂਰਤ ਹੈ ਜਿਹਦੇ ਵਿੱਚ ਸ਼ਮਾ ਹੈ ਤਾਂ ਤੁਹਾਨੂੰ ਆਈ ਥਿੰਕ ਉਹਨੂੰ ਸ਼ਮਾ ਕਰਨਾ ਚਾਹੀਦਾ ਅਸੀਂ ਇਸ ਕਰਕੇ ਨਹੀਂ ਕਹਿ ਰਹੇ ਕਿ ਸਲਮਾਨ ਖਾਨ ਦੇ ਫੈਨ ਆ ਉਸ ਕਰਕੇ ਵੀ ਕਵਾਂਗੇ ਲੇਕਿਨ ਐਜ਼ ਏ ਕਿ ਉਹਦੇ 'ਚ ਪ੍ਰੋਗਰੈਸ ਬਹੁਤ ਦੇਖੀ ਹੈ ਉਹਦੇ 'ਚ ਅਸੀਂ ਵੇਖਿਆ ਕਿ ਜ਼ਮੀਨ ਆਸਮਾਨ ਦਾ ਫਰਕ ਆ ਗਿਆ ਉਹਦੇ ਨੇਚਰ 'ਚ ਉਹਦੇ ਸੁਭਾਅ 'ਚ ਅਤੇ ਇਹੀ ਚਾਹੀਦਾ ਹੁੰਦਾ ਜੇ ਅਗਰ ਅਸੀਂ ਮੌਕਾ ਨਾ ਦਿੰਦੇ ਕਿ ਕਿਸੇ ਡਾਕੂ ਨੂੰ ਕਿ ਉਹ ਗ੍ਰੰਥ ਲਿਖਦਾ ਅਤੇ ਅੱਜ ਉਹਨੇ ਗ੍ਰੰਥ ਨਹੀਂ ਲਿਖਿਆ ਹੋਣਾ ਸੀ ਇੱਕ ਮੌਕਾ ਦਿੱਤਾ ਗਿਆ ਉਹਨੂੰ ਅਤੇ ਇੱਕ ਕਿਸੇ ਨੂੰ ਰੱਬ ਬਣਾ ਦਿੱਤਾ ਗਿਆ ਅਤੇ ਕਿਉਂਕਿ ਉਹਨੂੰ ਲੋਕਾਂ ਨੇ ਇੱਕ ਮੌਕਾ ਦਿੱਤਾ ਕਿ ਯੈਸ ਇਹਨੇ ਕੁਛ ਐਸਾ ਕਰਕੇ ਵਿਖਾਇਆ ਜਿਹੜੇ ਕਿ ਅਸੀਂ ਨਹੀਂ ਕਰ ਸਕਦੇ ਐਂਡ ਹੀ ਇਜ਼ ਡੂਇੰਗ ਇਟ ਅਗਰ ਗਲਤੀ ਕਰਦਾ ਤਾਂ ਡੈਫੀਨੇਟਲੀ ਉਹਨੂੰ ਪਾਓ ਉਸ ਚੀਜ਼ ਅਗਰ ਅਗਰ ਇਹ ਇਨਸਾਨ ਪਿਛਲੇ 20 ਸਾਲਾਂ ਤੋਂ ਹਰ ਸ਼ਹਿਰ 'ਚ ਜਾ ਕੇ ਹਰ ਦੇਸ਼ 'ਚ ਜਾ ਕੇ ਇਹੀ ਕੰਮ ਕਰਦਾ ਜੀ ਕਦੀ ਇੱਧਰ ਕੁੱਟਤਾ ਕਦੀ ਉੱਧਰ ਜਾਨਵਰ ਕਰਦੇ ਕਦੇ ਇਹਨੂੰ ਲੁੱਟਤਾ ਕਦੇ ਉਹਨੂੰ ਉਹ ਕਰਦਾ ਤਾਂ ਫਿਰ ਅਸੀਂ ਤੁਹਾਨੂੰ ਕਹਿੰਦੇ ਯੂ ਨੋ ਵਟ ਹੀ ਡਿਜ਼ਰਵਸ ਹੀ ਡਿਜ਼ਰਵਸ ਇਟ ਬਟ ਆਈ ਡੋਨਟ ਥਿੰਕ ਹੀ ਡਿਜ਼ਰਵਸ ਇਟ ਐਨੀ ਮੋਰ ਬਹੁਤ ਹੈਲਪਫੁਲ ਹੈ ਅਸੀਂ ਇਸ ਕਰਕੇ ਬ੍ਰੈਗ ਨਹੀਂ ਕਰ ਰਹੇ ਕਿ ਸਲਮਾਨ ਖਾਨ ਦੇ ਫੈਨ ਹਾਂ ਵਿੱਚ ਮੈਂ ਕਰ ਰਹੀ ਹਾਂ ਥੋੜ੍ਹਾ ਜਿਹਾ ਮੈਂ ਤੁਹਾਨੂੰ ਸੱਚੀ ਸਟੋਰੀ ਦੱਸ ਤੁਸੀਂ ਲੋਕ ਸਰਪ੍ਰਾਈਜ਼ ਹੋ ਗਏ ਅਤੇ ਦੱਸਾਂ ਜੀ ਵਾਸ਼ਿੰਗਟਨ DC 'ਚ ਮੈਂ ਪਹਿਲੀ ਵਾਰੀ ਜਦੋਂ ਮਿਲਿਆ ਮੋਨੀ ਨੂੰ ਅਤੇ ਇਹ ਕਹਿੰਦੀ ਮੈਂ ਇਸ ਜਗ੍ਹਾ 'ਤੇ ਕੰਮ ਕਰਨੀ ਆ ਅਤੇ ਮੈਂ ਕਿਹਾ ਗੱਡੀ ਨਹੀਂ ਹੈ ਅਤੇ ਮੈਂ ਕਿਹਾ ਚਲ ਰਾਈਡ ਮੈਂ ਪਿੱਕ ਕਰ ਲੈਣਾ ਅਤੇ ਉੱਥੇ ਜਿੱਥੇ ਕੰਮ ਕਰਦੀ ਸੀ ਅਤੇ ਉੱਥੇ ਇਹਨੇ ਕਿਹਾ ਕਿ ਆਮ ਮੈਰਿਡ ਅਤੇ ਇਹਨੇ ਆਪਣੀ ਹਸਬੈਂਡ ਦੀ ਫੋਟੋ ਸਾਰਿਆਂ ਨੂੰ ਦਿਖਾਈ ਹੋਈ ਅਤੇ ਉਹ ਮੈਂ ਮੈਰਿਡ ਇਸ ਕਰਕੇ ਕਿਹਾ ਸੀ ਕਿਉਂਕਿ ਹਰ ਮੁੰਡਾ ਕਹਿੰਦਾ ਸੀ ਯੂ ਵਾਂਟ ਬੀ ਮਾਈ ਡੇਟ ਅਤੇ ਮੈਂ ਕਿਹਾ ਹੁਣ ਇਹ ਤੋਂ ਛੁਟਕਾਰਾ ਕਿਵੇਂ ਪਾਵਾਂ ਕਿ ਹਰ ਬੰਦਾ ਮੈਨੂੰ ਪੁੱਛਣਾ ਪੈਂਦਾ ਹੈ ਹਰ ਕੋਈ ਕਸਟਮਰ ਆ ਰਿਹਾ ਤਾਂ ਪੁੱਛ ਰਿਹਾ ਕਿ ਯੂ ਵਾਂਟ ਗੋ ਫੋਰ ਡੇਟ ਅਤੇ ਮੈਂ ਕਿਹਾ ਬੈਸਟ ਤਰੀਕਾ ਕਿ ਇੱਕ ਰਿੰਗ ਜੀ ਪਾ ਕੇ ਕਿ ਆਮ ਮੈਰਿਡ ਅਤੇ ਉਹ ਕਹਿੰਦੇ ਸੀ ਹਸਬੈਂਡ ਦੀ ਫੋਟੋ ਵਿਖਾਓ ਅਤੇ ਅੱਗੇ
ਜਦੋਂ ਮੈਂ ਕਿਹਾ ਚੱਲ ਮੈਨੂੰ ਵੀ ਫੋਟੋ ਵਿਖਾ, ਜਦੋਂ ਮੈਂ ਫੋਟੋ ਦੇਖੀ ਸਲਮਾਨ ਖਾਨ ਦੀ ਸੀਗੀ, ਆਈ ਵਾਸ ਸੋ ਸਰਪ੍ਰਾਈਜ਼, ਮੈਂ ਕਿਹਾ ਹੈ ਇਹ ਕਿਉਂ ਆ ਗਿਆ, ਕਦੋਂ ਹੋ ਗਿਆ। ਸੋ ਸਲਮਾਨ ਖਾਨ ਜੀ, ਤੁਸੀਂ ਮੇਰੇ ਕਹਿ ਲਓ ਕਿ ਸੁਪਨੇ, ਸੁਪਨਿਆਂ ਦੇ ਤੁਸੀਂ ਰਾਜਕੁਮਾਰ ਹੋ, ਕਿਉਂਕਿ ਤੁਹਾਨੂੰ ਮੈਂ ਆਪਣੇ ਪਿੱਛੋਂ ਮੁੰਡਿਆਂ ਤੋਂ ਖੇੜਾ ਛੁਡਾਉਣ ਵਾਸਤੇ, ਜਿਹੜੇ ਇੱਥੇ ਗੋਰੇ ਮੈਕਸੀਕੇ ਕਾਲੇ ਕੋਈ ਵੀ ਜਿਹੜੇ ਹੁੰਦੇ ਸੀ, ਅਤੇ ਉਹਨਾਂ ਤੋਂ ਪਿੱਛਾ ਛੁਡਾਉਣ ਵਾਸਤੇ ਮੈਂ ਤੁਹਾਡਾ ਨਾਮ ਯੂਜ਼ ਕਰਦੀ ਸੀ, ਵਿਚ ਇਜ਼ ਮੇਰੇ ਲਈ ਉਹ ਸੇਵੀਅਰ ਰਿਹਾ। ਸੋ ਤੁਸੀਂ ਮੇਰੀ ਜਿਹੜੀ ਜਵਾਨੀ ਦੇ ਜਿਹੜੇ 16 ਤੋਂ ਕਹਿ ਲਓ 25-30 ਸਾਲ ਤੱਕ, ਜਦ ਤੱਕ ਮੈਂ ਕੁਲਦੀਪ ਨਾਲ ਮਿਲੀ ਨਹੀਂ, ਜਦ ਤੱਕ ਸਾਡੀ ਡੇਟਿੰਗ ਨਹੀਂ ਸ਼ੁਰੂ ਹੋਈ, ਜਦੋਂ ਤੱਕ ਤੁਸੀਂ ਮੈਨੂੰ ਸੇਵ ਕੀਤਾ, ਸੋ ਥੈਂਕ ਯੂ ਸੋ ਮਚ, ਤੁਹਾਨੂੰ ਪਤਾ ਵੀ ਨਹੀਂ। ਮੈਂ ਰੱਬ ਅੱਗੇ ਇਹ ਅਰਦਾਸ ਕਰੂੰਗਾ ਕਿ ਉਹ ਸਪਨਾ ਦੇ ਸੇਵੀਅਰ ਹੀ ਰਵੇ। ਸਲਮਾਨ ਖਾਨ ਨੂੰ ਮੈਂ ਲਾਈਵ ਦੇਖਾਂ। ਮੈਂ 1997 ਚ ਅਸੀਂ ਇੱਥੇ ਮੂਵ ਹੋਏ ਵਾਸ਼ਿੰਗਟਨ ਡੀਸੀ ਏਰੀਆ ਦੇ ਵਿੱਚ ਫਰੋਮ ਕੈਲੀਫੋਰਨੀਆ, ਅਤੇ ਮੈਂ ਉਦੋਂ ਜਿਹੜਾ ਮੈਂ ਜਿਵੇਂ ਦੱਸਿਆ ਕਿ ਵਿਜੇ ਜੀ ਨੂੰ ਦੱਸ ਰਹੀ ਸੀ ਕਿ ਮੈਂ ਪਹਿਲਾ ਸ਼ੋਅ ਜਿਹੜਾ ਇੱਥੇ ਆ ਕੇ ਦੇਖਿਆ ਉਹ ਸਲਮਾਨ ਖਾਨ ਦਾ ਔਰ ਸੰਜੇ ਦੱਤ ਜੀ ਦਾ ਸੀਗਾ, ਔਰ ਮੈਂ ਇੰਨੀ ਕਿਉਂਕਿ ਮੈਂ ਹਿਊਜ ਫੈਨ, ਅਤੇ ਮੈਂ ਆਪਣੇ ਦੁਪੱਟੇ ਨਾਲ ਘੁਮਾ ਕੇ ਸਲਮਾਨ ਖਾਨ ਮੈਂ ਜ਼ੋਰ ਜ਼ੋਰ ਦੀ ਰੋਲਾ ਪਾ ਰਹੀ ਸੀ, ਅਤੇ ਉਹਨੇ ਕਿਹਾ ਸੀ ਦੈਟ ਗਰਲ, ਆਈ ਨੀਡ ਦੈਟ ਗਰਲ ਔਨ ਸਟੇਜ, ਅਤੇ ਮੈਂ ਸਟੇਜ ਤੱਕ ਪਹੁੰਚੀ ਨਾਲ ਪੂਰੀ ਕਹਿੰਦੇ ਨਾ ਬਾੜਦੀ ਆ ਜਾਂਦੀ ਕੁੜੀਆਂ ਦੀ ਸਾਰੀਆਂ ਸਟੇਜ 'ਤੇ, ਅਤੇ ਉਹ ਕੋਈ ਇਹਨੂੰ ਉਹ ਨੋਚ ਰਹੀ ਕੋਈ ਕੀ ਕਰ ਰਹੀ, ਮੈਂ ਬੜੀ ਸਰਪ੍ਰਾਈਜ਼ ਹਾਂ। ਸਾਰਿਆਂ ਨੂੰ ਦੱਸੋ ਤੈਨੂੰ ਸਟੇਜ 'ਤੇ ਚੱਕਿਆ ਕਿੰਨੇ ਸੀ? ਓ ਮਾਈ ਗਾਡ, ਆਈ ਐਮ ਨਾਟ ਗੋਇੰ ਟੂ ਟੈਲ ਯੂ ਦਿਸ, ਆਈ ਵਾਸ ਲਿਟਲ ਚਬੀ ਸਿੰਸ ਚਾਈਲਡਹੁੱਡ, ਅਤੇ ਉਹਨੇ ਸਲਮਾਨ ਖਾਨ ਨੇ ਪਹਿਲਾਂ ਚੱਕਿਆ ਮੈਨੂੰ, ਅਤੇ ਉਹਦੇ ਤੋਂ ਮੈਂ ਲਿਫਟ ਨਹੀਂ ਹੋ ਪਾਈ, ਵਿਚ ਇਜ਼ ਵੈਰੀ ਸ਼ੇਮਫੁਲ, ਅਤੇ ਉਹਨੇ ਫਿਰ ਜਿਹੜੇ ਨਾਲ ਡਾਂਸਰ ਸੀਗੇ ਉਹਨੇ ਉਹਨਾਂ ਨੂੰ ਹੈਲਪ ਮੰਗਾਈ, ਅਤੇ ਮੈਨੂੰ ਉਹਨਾਂ ਹੈਲਪਰਾਂ ਨੇ ਦੋ ਤਿੰਨ ਬੰਦਿਆਂ ਨੇ ਚੱਕਿਆ, ਐਂਡ ਸੰਜੇ ਦੱਤ ਨੂੰ ਵੀ ਆਉਣਾ ਪਿਆ ਕਿਉਂਕਿ ਹੀ ਇਜ਼ ਅ ਮਸਕਿਲਰ ਮੈਨ, ਅਤੇ ਮੇਰੇ ਖਿਆਲ ਨਾਲ ਸਲਮਾਨ ਖਾਨ ਜੀ ਨੂੰ ਉਸ ਤੋਂ ਬਾਅਦ ਲੱਗਿਆ ਹੋਣਾ ਕਿ ਨਾਓ ਆਈ ਨੀਡ ਟੂ ਸਟਾਰਟ ਵਰਕਿੰਗ ਆਊਟ। ਦੇਖੋ ਇਹਦਾ ਮਤਲਬ ਹੈ ਕਿ ਮੋਨੀ, ਸਲਮਾਨ ਖਾਨ, ਸੰਜੇ ਦੱਤ ਔਰ ਹੋਰ ਬੰਦਿਆਂ ਤੋਂ ਇੰਨੇ ਬੰਦਿਆਂ ਤੋਂ ਚੱਕੀ ਗਈ, ਯਾਨੀ ਕਿ ਮੋਨੀ ਅੱਜ ਵੀ ਸਾਰਿਆਂ ਦੇ ਭਾਰੀ ਹੈ। ਦੈਟਸ ਗੁੱਡ ਵਨ। ਸੋ ਮੇਰੀ ਸ਼ਾਇਦ ਡੈਸਟਨੀ ਇਹ ਲਿਖੀ ਸੀਗੀ ਸ਼ਾਇਦ, ਉਦੋਂ ਨਹੀਂ ਸਮਝ ਆਈ, ਅਤੇ ਜੇ ਉਦੋਂ ਸਟੇਜ 'ਤੇ ਪਹੁੰਚੀ ਅਤੇ ਮੈਂ ਉਦੋਂ ਜਦੋਂ ਉਹਨਾਂ ਦਾ ਹਾਲ ਵੇਖਿਆ ਨਾ, ਕੁੜੀਆਂ ਜਿਹੜੀਆਂ ਉਹਨਾਂ ਜੱਫੀਆਂ ਪਾ ਰਹੀਆਂ, ਅਤੇ ਉਹ ਜੱਫੀਆਂ ਠੀਕ ਨੇ ਕਿਉਂਕਿ ਨੇਲਸ ਮੇਰੇ ਵੀ ਨੇ, ਮੈਂ ਵੀ ਕੁੜੀ ਹਾਂ, ਮੈਂ ਵੀ ਉਨੀ ਫੈਨ ਹਾਂ ਸਲਮਾਨ ਦੀ, ਸ਼ਾਇਦ ਤੁਸੀਂ ਤਾਂ ਆਪਣੇ ਬਟੂਏ 'ਚ ਫੋਟੋ ਵੀ ਨਹੀਂ ਰੱਖੀ ਹੋਣੀ ਕਿ ਇਹ ਮੇਰਾ ਹਸਬੈਂਡ ਹੈ, ਮੈਂ ਉਹ ਵੀ ਕਰ ਚੁੱਕੀ ਹਾਂ, ਅਤੇ ਮੈਂ ਲੇਕਿਨ ਉਹਨੂੰ ਮੈਂ ਜਦੋਂ ਦੇਖਿਆ ਨਾ ਕਿ ਕੁੜੀਆਂ ਨੋਚ ਰਹੀਆਂ ਨੇ, ਉਹਦੇ ਜ਼ਖਮੀ ਜ਼ਖਮ ਕਿਉਂਕਿ ਹੀ ਵਾਜ਼ ਆਲਵੇਜ਼ ਸ਼ਰਟਲੈਸ ਦੈਟ ਟਾਈਮ ਨਾ, ਉਹ ਵੀ ਹਮੇਸ਼ਾ ਹੀ ਸ਼ਰਟਲੈਸ ਆਉਂਦਾ ਸੀ, ਉਹ ਵੀ ਅਤੇ ਸੰਜੇ ਦੱਤ ਵੀ, ਕਿਉਂਕਿ ਗੁੱਡ ਬਾਡੀ ਸੀਗੀ, ਆਈ ਥਿੰਕ ਵਨ ਆਫ ਦੀ ਫਿਟੈਸਟ ਆਰਟਿਸਟ ਮੈਂ ਕਹਾਂਗੀ ਸਲਮਾਨ ਖਾਨ ਹੈ, ਜਿਹੜਾ ਕਿ ਹਾਲੇ ਤੱਕ ਫਿੱਟ ਹੈ ਇੰਨਾ ਕੁਛ ਹੋਣ ਦੇ ਬਾਵਜੂਦ ਵੀ, ਅਤੇ ਉਹਨਾਂ ਦੇ ਜਦੋਂ ਮੈਂ ਨੇਲਸ ਦੇ ਨਿਸ਼ਾਨ ਦੇਖੇ ਔਰ ਨਾਖੂਨ ਦੇ ਜਿਹੜੇ ਜ਼ਖਮ ਨੇ ਜੀ, ਉਹ ਬਹੁਤ ਟਾਈਮ ਲਗਾਉਂਦੇ ਨੇ ਹੀਲ ਹੋਣ ਵਾਸਤੇ। ਸੋ ਲੇਡੀਜ਼, ਅਗਰ ਤੁਸੀਂ ਫੈਨ ਹੋ, ਅਫਕੋਰਸ ਮੇਰੇ ਤੋਂ ਜ਼ਿਆਦਾ ਫੈਨ ਨਹੀਂ ਹੋਵੋਗੇ, ਅਤੇ ਪਲੀਜ਼ ਇੱਕ ਮੈਂ ਕਹਾਂਗੀ ਇੱਕ ਦਾਇਰਾ ਰੱਖੋ, ਇੱਕ ਲਿਮਿਟੇਸ਼ਨ ਰੱਖੋ ਕਿ ਕਿਸੇ ਨੂੰ ਤੁਸੀਂ ਹਰਟ ਕਰ ਰਹੇ ਹੋ, ਜਦੋਂ ਤੁਸੀਂ ਫੈਨ ਹੋ ਉਹਨੂੰ ਤੁਸੀਂ ਹਰਟ ਕਰ ਰਹੇ ਹੋ। ਸੋ ਮੈਂ ਕੀ ਕੀਤਾ, ਜਦੋਂ ਮੈਂ ਦੇਖਿਆ ਨਾ ਕਿ ਮੇਰਾ ਤਾਂ ਮੌਕਾ ਹੀ ਨਹੀਂ ਆਉਣਾ ਕਿ ਮੈਂ ਉਹਨੂੰ ਜੱਫੀ ਪਾਵਾਂ ਜਾਂ ਉਹਨੂੰ ਫੜਾਂ, ਅਤੇ ਮੈਂ ਤਾਂ ਉਹਦਾ ਦਲੇਰ ਮਹਿੰਦੀ ਦਾ ਉਦੋਂ ਗਾਣਾ ਵੱਜ ਰਿਹਾ ਸੀ, ਬੋਲੋ ਤਾਰਾ ਰਾਰਾ, ਆਈ ਥਿੰਕ ਉਸ ਜ਼ਮਾਨੇ 'ਚ ਕਿਹੜਾ ਗਾਣਾ ਆਇਆ ਸੀ 1997 ਕਿ 1998 'ਚ, ਅਤੇ ਉਹ ਜਦੋਂ ਗਾਣਾ ਵੱਜ ਰਿਹਾ ਅਤੇ ਉਹ ਸਾਰੀਆਂ ਕੁੜੀਆਂ ਉਹਨਾਂ ਨੂੰ ਕੋਈ ਇੱਧਰ ਤਰੂੜੀ ਕੋਈ ਉੱਧਰ ਤਰੂੜੀ, ਅਤੇ ਮੈਂ ਆਪਣਾ ਡਾਂਸ ਕਰਨ ਲੱਗੀ ਹੋਈ ਸਟੇਜ ਦੇ ਉੱਤੇ। ਸੋ ਮੇਰੀ ਇਹ ਯਾਦਾਂ ਨੇ ਉਸ ਸ਼ੋਅ ਦੇ ਨਾਲ, ਅਤੇ ਹੁਣ ਅਸੀਂ ਵਾਪਸ ਆਉਂਦੇ ਹਾਂ ਕਿ ਅਫਕੋਰਸ ਉਹ ਬਟੂਏ ਦੇ ਵਿੱਚ ਇੱਥੋਂ ਸ਼ੁਰੂ ਕੀਤੀ ਸੀ ਗੱਲ ਕਿ ਮੇਰੇ ਬਟੂਏ ਦੇ ਵਿੱਚ ਸਲਮਾਨ ਖਾਨ ਹਮੇਸ਼ਾ ਸੀਗਾ, ਔਰ ਹੁਣ ਅੱਜ ਕੱਲ੍ਹ ਉਹ ਹਮੇਸ਼ਾ ਮੇਰੇ ਹਾਰਟ 'ਚ ਹੈ, ਮੇਰੇ ਦਿਲ 'ਚ ਹੈ, ਔਰ ਹਮੇਸ਼ਾ ਰਹੇਗਾ, ਬਿਕੋਜ਼ ਉਹਨੇ ਦਿਖਾਇਆ ਹੈ ਕਿ ਇਨਸਾਨ ਅਗਰ ਗਲਤੀਆਂ ਕਰਦਾ ਹੈ ਤਾਂ ਉਹੀ ਇਨਸਾਨ ਹੈ ਉਹਨੂੰ ਸੁਧਾਰਦਾ ਹੈ, ਜਿਹੜਾ ਬੰਦਾ ਪ੍ਰੋਗਰੈਸ ਕਰਦਾ ਹੈ, ਜਿਹੜਾ ਬੰਦਾ ਆਪਣੇ ਆਪ ਨੂੰ ਚੇਂਜ ਕਰਦਾ ਹੈ, ਮੇਰੇ ਵਾਸਤੇ ਉਹ ਇਨਸਾਨ ਹੈ। ਸੋ ਹੈਟਸ ਆਫ ਟੂ ਯੂ ਮੈਨ, ਵੀ ਆਲ ਲਵ ਯੂ। ਸੁਧਾਰ ਜਿਹੜਾ ਇਨਸਾਨ 'ਚ ਹੀ ਆਉਂਦਾ, ਉਹ ਕਹਿੰਦੇ ਨੇ ਕਿ ਜੇ ਕਿਸੇ ਨੂੰ ਮਾਫ਼ ਕਰਨਾ ਤਾਂ ਫਿਰ ਰੱਬ ਵਾਂਗਰ ਕਰੋ। ਇਹਦਾ ਮਤਲਬ ਹੈ ਕਿ ਜੋ ਆਪਾਂ ਇਨਸਾਨ ਹੈ, ਜਦੋਂ ਆਪਾਂ ਗਲਤੀ ਕਰਨਾ, ਰੱਬ ਨੂੰ ਕਹਿੰਦੇ ਸਾਨੂੰ ਰੱਬਾ ਮਾਫ਼ ਕਰ ਦੇ, ਅਤੇ ਉਹ ਮਾਫ਼ ਕਰ ਦਿੰਦਾ ਬਿਲਕੁਲ, ਔਰ ਫਿਰ ਦੁਬਾਰਾ ਉਹ ਗੱਲ ਨੂੰ ਜ਼ਿਕਰ ਨਹੀਂ ਕਰਦਾ। ਆਪਾਂ ਇਨਸਾਨ ਜਿਹੜੇ ਆ ਮਾਫ਼ ਵੀ ਕਰ ਦਿੰਦੇ ਹਾਂ, ਲੇਕਿਨ ਸੱਚੇ ਦਿਲੋਂ ਮਾਫ਼ ਨਹੀਂ ਕਰਦੇ। ਇਸ ਕਰਕੇ ਕਹਿੰਦਾ ਜੇ ਉਹਨੂੰ ਮਾਫ਼ ਕਰਨਾ ਨਾ, ਫਿਰ ਰੱਬ ਵਾਂਗਰ ਮਾਫ਼ ਕਰੋ, ਫਿਰ ਉਹਦੀ ਪੁਰਾਣੀ ਚੀਜ਼ਾਂ ਸਾਰੀਆਂ ਖਤਮ ਕਰ ਦਿਓ। ਜੀ, ਮੈਂ ਪਿੱਛੇ ਜੇ ਸੋਸ਼ਲ ਮੀਡੀਆ 'ਤੇ ਪੜ੍ਹਿਆ ਕਿ ਵਨ ਆਫ ਫੀਮੇਲ ਗਰੁੱਪ ਹੈਗਾ, ਮੈਂ ਨਾਮ ਨਹੀਂ ਦੱਸਾਂਗੀ ਕਿਉਂਕਿ ਮੈਂ ਸੱਚ ਬੋਲ ਕੇ ਮੈਂ ਬੜੀ ਪ੍ਰੋਬਲਮ 'ਚ ਆ ਜਾਂਦੀ ਹਾਂ ਕਈ ਵਾਰੀ, ਮੇਰਾ ਪ੍ਰੋਬਲਮ ਮੇਰੀ ਸੱਚ ਹੀ ਹੈ, ਅਤੇ ਉਸ ਪਰਸਨ ਨੇ ਹੱਥ 'ਚ ਵਾਈਨ ਦਾ ਗਲਾਸ ਫੜਿਆ ਅਤੇ ਨਾਲ ਲਿਖ ਰਹੀ ਕਿ ਸਲਮਾਨ ਖਾਨ ਨੇ ਐਸ਼ਵਰਿਆ ਰਾਏ ਨਾਲ ਅੱਛਾ ਬਿਹੇਵ ਨਹੀਂ ਕੀਤਾ, ਜਾਂ ਇੱਕ ਤੋਂ ਹੋਰ ਕੋਸਟਾਰਸ ਨਾਲ ਅੱਛਾ ਬਿਹੇਵ ਨਹੀਂ ਕੀਤਾ, ਅਤੇ ਹੀ ਡਜ਼ਨਟ ਡਿਜ਼ਰਵ ਯੂ ਨੋ ਟੂ ਬੀ ਬੇਲ ਆਊਟ ਨਹੀਂ ਹੋਣੀ ਚਾਹੀਦੀ, ਠੀਕ ਹੈ।
ਤੇ ਮੈਂ ਉਸੇ ਪਰਸਨ ਨੂੰ ਪੁੱਛਾਂਗੀ ਕਿ ਐਜ਼ ਏ ਇਨਸਾਨ ਅੱਜ ਤੇ ਤੁਸੀਂ ਫੇਸਬੁੱਕ ਤੇ ਪੇਜ ਬਣਾ ਕੇ ਤੁਸੀਂ ਬੜੇ ਸੋਚ ਰਹੇ ਹੋ ਸੋ ਕਾਲਡ ਤੁਸੀਂ ਫੇਮਸ ਹੋ ਗਏ ਹੋ, ਤੁਸੀਂ ਕਮਿਊਨਿਟੀ ਵਾਸਤੇ ਕਿੱਤਾ ਕੀ ਹੈ? ਜਸਟ ਗਿਵ ਮੀ ਦਿਸ ਆਨਸਰ। ਇਹ ਸਾਰੀਆਂ ਉਹਨਾਂ ਔਰਤਾਂ ਵਾਸਤੇ ਹੈ ਜਾਂ ਉਹਨਾਂ ਸਾਰਿਆਂ ਲੋਕਾਂ ਵਾਸਤੇ ਹੈ ਕਿ ਜਿਹੜੇ ਦੂਜੇ 'ਚ ਖਾਮੀਆਂ ਤਾਂ ਕੱਢਦੇ ਨੇ ਕਿ ਇਸ ਪਰਸਨ ਨੇ ਆਹ ਕੀਤਾ, ਇਸ ਪਰਸਨ ਨੇ ਆਹ ਕੀਤਾ, ਇਸ ਪਰਸਨ ਨੇ ਆਹ ਕੀਤਾ, ਲੇਕਿਨ ਆਪ ਕੀ ਕੀਤਾ? ਫਿਰ ਆਪਣੇ 'ਤੇ ਵੀ ਉਂਗਲ ਉਠਾਓ, ਨਿਰੀ ਵਾਈਨ ਫੜ ਕੇ ਸ਼ੋਅ ਆਫ ਨਾ ਕਰੋ, ਔਰ ਸੋਸ਼ਲ ਮੀਡੀਆ 'ਤੇ ਤੁਸੀਂ ਉਹਦੇ ਨੂੰ ਕੀ ਕਹਿੰਦੇ ਨੇ ਵਿਊਜ਼ ਨਾ ਲਓ ਜਾਂ ਲਾਈਕਸ ਨਾ ਲਓ, ਫਿਰ ਡੂ ਸਮਥਿੰਗ, ਕਮ ਆਊਟ ਫਰੋਮ ਯੋਰ ਸ਼ੈਲ ਐਂਡ ਡੂ ਸਮਥਿੰਗ ਫੋਰ ਦਿਸ ਕਮਿਊਨਿਟੀ, ਤਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਆਈ ਐਮ ਬੈਟਰ ਦੈਨ ਹਿਮ, ਨਹੀਂ ਤਾਂ ਤੁਸੀਂ ਵੀ ਉਹੀ ਹੋ, ਤੁਸੀਂ ਉਸ ਤੋਂ ਵੀ ਵਰਸ ਹੋ ਕਿ ਕਿਸੇ ਨੂੰ ਕ੍ਰਿਟੀਸਾਈਜ਼ ਕਰ ਰਹੇ ਹੋ, ਉਹਦੀ ਅੱਛਾਈ ਨਹੀਂ ਦੇਖ ਰਹੇ ਲੇਕਿਨ ਸਿਰਫ ਬੁਰਾਈ ਕਾਊਂਟ ਕਰ ਰਹੇ ਹੋ, ਸੋ ਤੁਸੀਂ ਉਸ ਤੋਂ ਵੀ ਵਰਸ ਹੋ, ਫਿਰ ਤੁਹਾਡੀ ਕੀ ਸਜ਼ਾ ਹੋਣੀ ਚਾਹੀਦੀ ਹੈ? ਇਹ ਵੀ ਦੇਖੋ, ਆਪਾਂ ਇੱਕ ਕੰਮ ਕਰਨੇ, ਜਦ ਤੱਕ ਅਸੀਂ ਸ਼ੈਲ ਤੋਂ ਬਾਹਰ ਆਨੇ, ਅਸੀਂ ਛੋਟੀ ਜੀ ਬ੍ਰੇਕ ਲੈਣਾ, ਫਿਰ ਤੁਹਾਨੂੰ ਮਿਲਣਾ। ਲੋ ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਅਸੀਂ 2 ਤੋਂ 3 ਹੋ ਚੁੱਕੇ ਹਾਂ। ਵੈਲਕਮ ਬੈਕ ਟੂ ਆਰ ਸ਼ੋਅ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ। ਵੈਸੇ ਅਸੀਂ ਸਾਡਾ ਗੈਸਟ ਆਣਾ ਸੀਗਾ, ਉਹ ਕਹਿੰਦੇ ਨੇ ਕਿ ਸਾਡੇ ਦੇਸੀ ਬੰਦੇ ਕਦੀ ਟਾਈਮ ਸਿਰ ਪਹੁੰਚਦੇ ਨਹੀਂ, ਬਾਅਦ ਚ ਕੰਪਲੇਨ ਕਰਦੇ ਨੇ ਕਾਨੂੰਨ ਟਾਈਮ ਸਿਰ ਫੈਸਲਾ ਨਹੀਂ ਕਰਦਾ। ਨਹੀਂ ਤੁਸੀਂ ਭੁੱਲ ਗਏ ਕਿਉਂਕਿ ਇਹ ਦੇਸੀ ਪਰਸਨ ਅਲੱਗ ਹੈ, ਇਹ ਦੌੜਦਾ ਦੌੜਦਾ ਆਇਆ, ਇਹ ਗੱਡੀ ਨਾਲ ਨਹੀਂ ਆਇਆ, ਇਹ ਦੌੜਦਾ ਦੌੜਦਾ ਆਇਆ। ਜਿਸ ਤਰ੍ਹਾਂ ਮੇਰਾ ਸਲਮਾਨ ਹਮੇਸ਼ਾ ਐਕਟਿਵ ਰਹਿੰਦਾ ਹੈ ਤੇ ਉਸੇ ਤਰੀਕੇ ਨਾਲ ਇਹ ਵੀ ਐਕਟਿਵ ਰਹਿੰਦੇ ਨੇ। ਬਹੁਤ ਬਹੁਤ ਸਵਾਗਤ ਹੈ ਆਗਾ ਹੁਸਨੈਨ ਜੀ ਦਾ ਮਾਈ ਟੀਵੀ ਤੇ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ, ਇਸ ਟਾਈਮ ਆਪਾਂ ਹਿੰਦੂ ਨਹੀਂ, ਸਿੱਖ ਨਹੀਂ, ਮੁਸਲਮਾਨ ਨਹੀਂ, ਕ੍ਰਿਸਚਨ ਨਹੀਂ, ਇੰਡੀਅਨ ਨਹੀਂ, ਪਾਕਿਸਤਾਨੀ ਨਹੀਂ, ਬੰਗਲਾਦੇਸ਼ੀ ਨਹੀਂ, ਸ਼੍ਰੀਲੰਕੀ, ਆਪਾਂ ਇੱਕ ਇਨਸਾਨ ਜਿਹੜਾ ਹਿਊਮੈਨਿਟੀ ਲਈ ਕਰ ਰਿਹਾ ਹੈਗਾ ਉਹਨੂੰ ਚੱਕ ਕੇ ਜੇਲ੍ਹ 'ਚ ਪਾਤਾ ਹੈਗਾ, ਤੇਰੇ ਕੀ ਵਿਚਾਰ ਨੇ ਇਸ ਬਾਰੇ? ਸਭ ਤੋਂ ਪਹਿਲੇ ਤਾਂ ਮੈਂ ਥੈਂਕ ਯੂ ਕਰਾਂਗਾ ਉਹਨਾਂ ਦਾ ਕਿ ਸੋਸ਼ਲ ਮੀਡੀਆ 'ਤੇ ਇਹਨਾਂ ਨੇ ਉਸਨੂੰ ਓਪਨ ਕੀਤਾ, ਮੈਂ ਵੀ ਉਹਨੂੰ ਵੇਖ ਕੇ ਅਤੇ ਫਿਰ ਉਸ 'ਤੇ ਰਾਈਟ ਕੀਤਾ, ਉਹ ਬਸ ਰੀਡ ਵੀ ਕੀਤਾ ਬਹੁਤ ਜ਼ਿਆਦਾ ਕਿ ਹੈ ਕੀ ਬੈਕਗਰਾਊਂਡ, ਕੀ ਇਸ ਚੀਜ਼ ਦਾ। ਮੇਰਾ ਖਿਆਲ ਹੈ ਕਿ ਤੁਸੀਂ ਸੌਰੀ ਕਿਹੜੀ ਪੋਸਟ ਵੇਖ ਕੇ, ਜਿਹੜੀ ਮੈਂ ਔਰ ਸਲਮਾਨ ਖਾਨ ਟੁਗੇਦਰ, ਯੈਸ ਯੈਸ, ਕੋਈ ਕੋਈ ਨਾ ਤੇ ਪਿਕਚਰ ਹੈ ਤੇ ਉਹ ਕਰਨ, ਲੇਕਿਨ ਮੈਂ ਦੁਬਾਰਾ ਜਦੋਂ ਵੇਖਿਆ ਮੈਂ ਕਿਹਾ ਯਾਰ ਇਹ ਤਾਂ ਕੋਈ ਸੀਰੀਅਸ ਮੈਟਰ ਹੈ। ਤੇ ਮੈਂ ਸਮਝਣਾ ਕਿ ਵੇਖੋ ਇੰਡੀਆ ਪਾਕਿਸਤਾਨ 'ਚ ਬੜੇ ਸੀਗੇ, ਪਾਕੋ ਹਿੰਦ ਜੀ ਨੂੰ ਬੋਲਦੇ ਨੇ ਜੀ। ਕਾਲਾ ਹਿਰਨ ਦਾ ਮੈਂ ਸ਼ੋਰਟ ਸਟੋਰੀ ਦਿਆ ਨਾ ਕਿ ਜਿਹੜਾ ਕਾਲਾ ਹਿਰਨ ਹੈ ਇਹ ਵਾਕਿਆ ਯੂਨੀਕ ਹੈ, ਪਾਕਿਸਤਾਨ 'ਚ ਵੀ ਬਹੁਤ ਇਹਦੀ ਸਖ਼ਤ ਸਜ਼ਾ ਹੈ, ਲੇਕਿਨ ਜਿਹੜੀ ਤੁਸੀਂ ਮੈਨੂੰ ਇੱਕ ਚੀਜ਼ ਦੱਸੋ, 10,000 ਰੁਪਇਆ ਮੈਂ ਉਹ ਸਪੀਕਿੰਗ ਕਰ ਰਿਹਾ ਸੀ ਤੁਹਾਡੇ ਪ੍ਰੋਗਰਾਮ 'ਚ, ਔਨੈਸਟ ਯੂ, ਮੈਂ ਇਸ ਨੂੰ ਦੁਹਰਾ ਰਿਹਾ ਸੀ ਕਿ ਇਹ $125 ਦੀ ਤਾਂ ਸਾਨੂੰ ਟਿਕਟ ਮਿਲ ਜਾਂਦੀ ਹੈ ਯਾਰ, ਉਹ ਮਿਲੀਅਨਰ ਆਦਮੀ ਹੈ, ਉਹਦੇ ਥਰੂ ਸਲਮਾਨ ਖਾਨ ਦੇ ਨਾਲ ਪਤਾ ਨਹੀਂ ਕਿੰਨੀਆਂ ਫੈਮਿਲੀ ਦਾ ਬਿਜ਼ਨਸ ਲੱਗਾ ਹੋਇਆ, ਔਰ ਉਸ ਤੋਂ ਬਾਅਦ ਤੁਸੀਂ ਉਹਨੂੰ ਸਜ਼ਾ ਦੇਣੀ ਤੇ ਉਹਨੂੰ ਸਜ਼ਾ, ਮੈਂ ਸਮਝਦਾ ਮੈਂ ਆਪਣਾ ਵਿਊਜ਼ ਦੇ ਰਿਹਾ, ਮੈਂ ਇੰਡੀਆ ਦੇ ਗਵਰਨਮੈਂਟ ਦੇ ਵਿੱਚ ਨਹੀਂ ਇਨਵੋਲਵ, ਲੇਕਿਨ ਮੈਂ ਐਜ਼ ਏ ਮੈਂ ਵੀ ਉਹਦਾ ਫੈਨ ਹਾਂ, ਮੈਂ ਆਪਣਾ ਵਿਊਜ਼ ਦੇ, ਕਹਿੰਦਾ ਮਕਸਦ ਹੈ ਕਿ ਉਹਨੂੰ ਤੁਸੀਂ ਸਜ਼ਾ ਦੇਣੀ, ਉਹਨੂੰ ਕਹੋ ਵੀ ਭਾਈ 200-300 ਹਿਰਨ ਟੂ ਕਾਲਾ ਹਿਰਨ ਗਰੋ ਕਰਨਾ, ਉਹਦੀ ਖਰਚਾ ਤੂੰ ਦੇਣਾ, ਉਹ ਜੰਗਲ ਛੱਡੋ। ਵਾਓ, ਵਾਟ ਆਰ ਯੂ ਸੈਂਡਿੰਗ ਹਿਮ ਕਿ ਜੀ 5 ਸਾਲ ਤੁਸੀਂ ਸਜ਼ਾ ਦੇ ਰਹੇ ਜੇ? ਇੱਕ ਆਦਮੀ ਪਿੱਛੇ ਇੱਕ ਵਾਇਰਲ ਹੋਈ ਸੀ ਵੀਡੀਓ, ਆਮ ਨਾਟ ਐਂਗਰੀ ਐਨੀ ਬੜੀ, ਲੇਕਿਨ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਸੋਸ਼ਲ ਮੀਡੀਆ 'ਤੇ ਚੀਜ਼ ਆਉਂਦੀ ਹੈ। ਉਹ ਇੱਕ ਆਦਮੀ ਨੇ ਲਾਈਫ ਚਲਾ ਕੇ ਅਤੇ ਇੱਕ ਆਦਮੀ ਦਾ ਕਤਲ ਕੀਤਾ ਮੁਸਲਮਾਨ ਦਾ, ਉਹਨੂੰ ਤੁਸੀਂ ਹੀਰੋ ਬਣਾ ਦਿੱਤਾ ਬਿਕੋਜ਼ ਹੀ ਸੇਜ਼ ਕਿ ਜੀ ਉਹ ਬਿਕੋਜ਼ ਰਿਲੀਜਨ। ਉਹ ਭਾਈ ਇਨਸਾਨ ਸਾਰੀ ਦੁਨੀਆ ਸਾਰੇ, ਮੈਂ ਜਦੋਂ ਪੈਦਾ ਹੋਇਆ ਮੈਨੂੰ ਨਹੀਂ ਪਤਾ, ਕਿਉਂਕਿ ਇੰਡੀਆ ਦੇ ਵਿੱਚ ਸ਼ਾਇਦ ਜਿਹੜੇ ਲੋਕ ਪੈਦਾ ਹੋ ਰਹੇ ਨੇ ਉਹ ਸੋਚਦੇ ਨੇ ਕਿ ਸ਼ਾਇਦ ਹਿੰਦੂ ਪੈਦਾ, ਨੋ, ਐਵਰੀਬਾਡੀ ਬੋਰਨ ਇਨ ਦਿਸ ਵਰਲਡ ਇਜ਼ ਅ ਹਿਊਮਨ ਬੀਂਗ। ਮੈਂ ਜਦੋਂ ਪੈਦਾ ਹੋਇਆ ਮੈਂ ਇਨਸਾਨ ਪੈਦਾ ਹੋਇਆ ਸੀ, ਉਹ ਜਦੋਂ ਮੈਂ ਵੇਖਿਆ ਮੇਰਾ ਬਾਪ ਅਜ਼ਾਨ ਸੁਣ ਰਿਹਾ, ਨਮਾਜ਼ ਪੜ੍ਹ ਰਿਹਾ, ਮੈਂ ਕਿਹਾ ਉਹ ਮੈਂ ਵੀ ਮੁਸਲਮਾਨ, ਤੁਸੀਂ ਵੀ ਐਵੇਂ ਵੇਖਿਆ ਕਿ ਉਹ ਮੇਰਾ ਬਾਪ ਸਰਦਾਰ ਹੈ, ਲੈਟਸ ਗੋ ਟੂ ਦਾ, ਮੈਂ ਸਰਦਾਰ, ਬਿਲਕੁਲ। ਕਹਿਣ ਦਾ ਮਕਸਦ ਹੈ ਹਿਊਮੈਨਿਟੀ ਇਜ਼ ਦਾ ਬਿਗੈਸਟ
ਮੈਂ ਸਮਝਦਾ ਮੈਂ ਆਪਣਾ ਨਿਚੋੜ ਕੀਤਾ ਹੈ ਕਿ ਹਿਊਮੈਨਿਟੀ ਇਜ਼ ਦਾ ਸਭ ਤੋਂ ਵੱਡਾ ਰਿਲੀਜਨ ਹਿਊਮੈਨਿਟੀ ਹੈ ਯੂ ਹੈਵ ਟੂ ਥਿੰਕ ਅਬਾਊਟ ਕਿਉਂਕਿ ਸਲਮਾਨ ਖਾਨ ਤੁਸੀਂ ਇਸ ਤਰ੍ਹਾਂ ਯਾਰ ਸਲਮਾਨ ਇਜ਼ ਨਾਟ ਓਨਲੀ ਵਨ ਇੰਡੀਅਨ ਨਾਓ ਹਿੰਦੁਸਤਾਨ ਕਾ ਹੀਰੋ ਇਜ਼ ਆਲ ਓਵਰ ਦਾ ਵਰਲਡ ਅਫਰੀਕਾ ਮਿਡਲ ਈਸਟ ਪਾਕਿਸਤਾਨ ਇੰਡੀਆ ਸਾਊਥ ਏਸ਼ੀਆ ਐਵਰੀਵੇਅਰ ਹੁਣ ਤਾਂ ਸਾਰੀ ਦੁਨੀਆ ਕਹਿਣ ਦਾ ਮਕਸਦ ਹੈ ਪਲੀਜ਼ ਜਸਟਿਸ ਰਾਈਟ ਕਰੋ ਤੁਸੀਂ ਹੁਣ ਥੋੜ੍ਹੀ ਦੇਰ ਪਹਿਲੇ ਬੋਲ ਸੀ ਕਿ ਜਿਹੜੀ ਲੇਡੀ ਗਲਾਸ ਦਾ ਵਾਈਨ ਲੈ ਕੇ ਬੋਲ ਰਹੀ ਹੈ ਕਿ ਜਸਟ ਉਹ ਭਾਈ ਇੰਡੀਆ ਦੇ ਵਿੱਚ ਅਗਰ ਮੈਂ ਅੰਡਰ ਕਵਰ ਬੋਲਾਂ ਨਾ ਸਵੇਰ ਟੂ ਬਾਅਦ ਟੂ ਮੈਨੀ ਪੀਪਲ ਸਕਿੱਲ ਬਲੈਕ ਹਿਰਨ ਕਿਸੇ ਨੂੰ ਪਤਾ ਵੀ ਨਹੀਂ ਹੋਏਗਾ ਬਿਲਕੁਲ ਇਹ ਸਾਨੂੰ ਮੈਂ ਬੋਰਨ ਪਾਕਿਸਤਾਨ ਦਾ ਮੈਨੂੰ ਪਤਾ ਮੇਰੇ ਭਾਈ ਨੇ ਬਲੈਕ ਰਨ ਮਾਰਤਾ ਖੁਦਾ ਦੀ ਕਸਮ ਕਰਕੇ ਨਾ ਆਮ ਨਾਟ ਲਾਈਂਗ ਟੂ ਯੂ ਉਹਨੂੰ ਨਾ ਅੰਦਰ ਕਰਾ ਨਹੀਂ ਨਹੀਂ ਆਮ ਜਸਟ ਟੈਲਿੰਗ ਯੂ ਉਸ ਨੇ ਆਮ ਟਾਕਿੰਗ ਅਬਾਊਟ ਲੌਂਗ ਟਾਈਮ ਮੈਂ ਉਹਨੂੰ ਪਤਾ ਨਹੀਂ ਸੀ ਨਹੀਂ ਉਹਨੂੰ ਪਤਾ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਕਿ ਉਹ ਫਾਈਨਲ ਮੈਜਿਸਟ੍ਰੇਟ ਨੇ ਕਿਹਾ ਕਿ ਮਾਈ ਗਾਡ ਦੈਟਸ ਨਾਟ ਅਲਾਊਡ ਟੂ ਮੇਰਾ ਮਤਲਬ ਉਹ ਸਲਮਾਨ ਖਾਨ ਹੈ ਬਿਕੋਜ਼ ਇਤਨਾ ਵੱਡਾ ਨਾਮ ਹੈ ਤੁਸੀਂ ਉਹਨੂੰ ਐਡਾ ਵੱਡਾ ਚੁੱਕ ਦਿੱਤਾ ਕੰਮ ਕਿ ਪੂਰੀ ਦੁਨੀਆ ਆਈ ਥਿੰਕ ਐਜ਼ ਯੂ ਮੈਂਸ਼ਨ ਕਿ ਸਿਰਫ 10,000 ਰੁਪਏ ਫਾਈਨ ਲਗਾਇਆ ਨਹੀਂ ਤਾਂ ਇੰਨਾ ਕਰੋੜਪਤੀ ਬੰਦਾ ਉਹ ਤੇ ਜ਼ਿਆਦਾ ਫਾਈਨ ਵੀ ਲਗਾ ਸਕਦੇ ਆਈ ਥਿੰਕ ਉਹਨੂੰ ਸਿਰਫ ਔਰ ਸਿਰਫ ਇਹ ਉਹਨੂੰ ਹਿਊਮਿਲੇਟ ਕਰਨ ਵਾਸਤੇ ਉਹਦੀ ਬੇਇੱਜ਼ਤੀ ਕਰਨ ਵਾਸਤੇ ਔਰ ਉਹਦੇ ਫੈਨ ਫੋਲੋਇੰਗ ਨੂੰ ਮੈਨੂੰ ਨਹੀਂ ਪਤਾ ਕਿਹਦੀ ਕਿਹਦੀ ਸਾਜਿਸ਼ ਹੋਏਗੀ ਹੋ ਸਕਦਾ ਰਾਈਵਲਸ ਵੀ ਹੋਣ ਹੋ ਸਕਦਾ ਕੁਡ ਬੀ ਐਨੀਥਿੰਗ ਯੂ ਨੋ ਕੋਈ ਵੀ ਰੀਜ਼ਨ ਹੋ ਸਕਦਾ ਲੇਕਿਨ ਅਗਰ ਵਾਜਿਬ ਰੀਜ਼ਨ ਹੁੰਦਾ ਨਾ ਜਿਵੇਂ ਤੁਸੀਂ ਅੱਜ ਕੱਲ੍ਹ ਦੱਸੀ ਅਤੇ ਉਹ ਮੈਨੂੰ ਬੜੀ ਸਮਝਦਾਰ ਗੱਲ ਲੱਗੀ ਕਿ ਹਿਰਨ ਮਾਰਿਆ ਨਾ ਚੱਲ ਹੁਣ ਬਈ ਇਹਦੀ ਥਾਂ 'ਤੇ ਤੂੰ ਹੁਣ ਸਾਨੂੰ 10 ਪੈਦਾ ਕਰਕੇ ਵਿਖਾ 10 ਹੁਣ ਕਿਵੇਂ ਹੋਇਆ ਉਹਨਾਂ ਦੇ ਪੈਸੇ ਤੂੰ ਪੇ ਕਰ ਜਾਂ ਆਉਣ ਵਾਲੀਆਂ 10 ਫਿਲਮਾਂ 'ਚੋਂ ਤੇਰਾ 20% ਤੇਰੀ ਕਮਾਈ 'ਚੋਂ ਪੈਸਾ ਅਸੀਂ ਇੱਥੇ ਫੋਰੈਸਟ 'ਚ ਪਾਵਾਂਗੇ ਵੈਰੀ ਗੁੱਡ ਯੈਸ ਔਰ ਉੱਥੇ ਉਹ ਗਰੋ ਹੋਏਗਾ ਸਿਰਫ ਮੈਂ ਇੰਜ ਕਰੋ ਔਰ ਗੇਟ ਤੇ ਸਲਮਾਨ ਖਾਨ ਦਾ ਨਾਮ ਮੈਂ ਉਹਦੇ ਵੀ ਹੋਰ ਗੱਲ ਕਰਨਾ ਆਪਾਂ ਇਹ ਸਭ ਗੱਲਾਂ ਕਰ ਰਹੇ ਹਾਂ ਤੁਹਾਨੂੰ ਪਤਾ ਇਹ ਇੱਕ ਜਿੱਥੇ ਉਹ ਗਿਆ ਸੀਗਾ ਇਹ ਸਪੈਸ਼ਲ ਏਰੀਆ ਉੱਥੇ ਨੋਰਮਲ ਪਰਸਨ ਐਂਟਰ ਨਹੀਂ ਕਰ ਸਕਦਾ ਅਥਾਰਟੀਜ਼ ਕੀ ਕਰ ਰਹੀਆਂ ਸੀ ਸੁੱਤੀਆਂ ਪਈਆਂ ਸੀ ਜਦੋਂ ਸਲਮਾਨ ਖਾਨ ਨੇ ਅਗਰ ਕਹਿ ਵੀ ਦਿੱਤਾ ਕਿ ਮੈਂ ਜੀ ਮੈਂ ਸਲਮਾਨ ਖਾਨ ਹਾਂ ਮੈਂ ਜਾ ਕੇ ਸ਼ਿਕਾਰ ਕਰਨਾ ਤਾਂ ਤੁਹਾਡਾ ਕੀ ਕੰਮ ਸੀ ਤੁਸੀਂ ਕਿਉਂ ਪੈਸੇ ਖਾ ਕੇ ਉਹਨੂੰ ਜਾਣ ਦਿੱਤਾ ਕਿ ਸਟਾਰ ਹੈ ਆਈ ਥਿੰਕ ਸਭ ਤੋਂ ਵੱਡਾ ਪਹਿਲਾਂ ਤਾਂ ਗੁਨਹੇਗਾਰ ਉਹ ਪਰਸਨ ਹੈ ਜਿਹਨੇ ਅਥਾਰਟੀਜ਼ ਨੇ ਜਿਹਨੇ ਉੱਥੇ ਆਪਣੀ ਡਿਊਟੀ ਪੂਰੀ ਨਹੀਂ ਕੀਤੀ ਮੁੜ ਕੇ ਅਸੀਂ ਇੱਕ ਇੱਕ ਬੰਦਾ ਜਵਾਨ ਹੈ ਯੰਗ ਹੈ ਪੈਸੇ ਵਾਲਾ ਹੈ ਉਹਨੇ ਅਗਰ ਕੋਈ ਡਿਮਾਂਡ ਰੱਖੀ ਕਿ ਮੈਂ ਜੇ ਸ਼ਿਕਾਰ ਕਰਨਾ ਕਿਉਂਕਿ ਸਾਡੇ ਰਾਜੇ ਮਹਾਰਾਜੇ ਇਹ ਕਰਦੇ ਆਏ ਨੇ ਸ਼ਿਕਾਰ ਕਰਦੇ ਆਏ ਨੇ ਬਿਲਕੁਲ ਕਰਦੇ ਯੂ ਨੋ ਤੇ ਇਹ ਸਾਨੂੰ ਲੱਗਦਾ ਕਿ ਉਹ ਸਾਡੀ ਸ਼ਾਨ ਹੈ ਔਰ ਮੇਰਾ ਮੇਰਾ ਨਾਨਾ ਸ਼ਿਕਾਰੀ ਰਿਹਾ ਉਹਨੇ ਸਾਰੀ ਜ਼ਿੰਦਗੀ ਸ਼ਿਕਾਰ ਕੀਤਾ ਲੇਕਿਨ ਉਹਨੇ ਬਲੈਕ ਹਰਨ ਨਹੀਂ ਮਾਰਿਆ ਬਲੈਕ ਹਰਨ ਇਸ ਉਮਰ 'ਚ ਨਾਨਾ ਜੇ ਨਹੀਂ ਪਰ ਮੈਂ ਦੱਸ ਰਿਹਾ ਪਿੰਡਾਂ ਦੇ ਵਿੱਚ ਇਹ ਇੱਕ ਅਹੁਦਾ ਦਿੱਤਾ ਜਾਂਦਾ ਸੀ ਕਿ ਜੇ ਇਹ ਸ਼ਿਕਾਰੀ ਨੇ ਇਹ ਇਜ਼ ਅ ਹੰਟਰ ਮੈਨ ਇਸ ਕੰਟਰੀ ਦੇ ਵਿੱਚ ਵੀ ਸ਼ੇਰ ਵੀ ਮਾਰਦੇ ਸਨ ਯਾ 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 ਤੇ ਇਸ ਕੰਟਰੀ ਦੇ ਵਿੱਚ ਵੀ ਕਿਹਾ ਜਾਂਦਾ ਜੀ ਇਜ਼ ਅ ਹੰਟਰ ਮੈਨ ਹਨਾ ਤੇ ਕਿੱਡਾ ਵੱਡਾ ਅਹੁਦਾ ਹੈ ਤੇ ਉਹ ਚੀਜ਼ ਨੂੰ ਤੁਸੀਂ ਕਹਿ ਰਹੇ ਹੋ ਜੀ ਪਹਿਲੀ ਗੱਲ ਤੇ ਉਹ ਜਿਹੜਾ ਅਥਾਰਟੀ ਤੇ ਬੰਦਾ ਸੀ ਨਾ ਸਲਮਾਨ ਖਾਨ ਤੋਂ ਵੀ ਪਹਿਲਾਂ ਉਹ ਬੰਦਾ ਕਿੱਥੇ ਗਿਆ ਮੈਂ ਤਾਂ ਉਹਦਾ ਨਾਮ ਕਿਤੇ ਨਹੀਂ ਸੁਣਿਆ ਹਮੇਸ਼ਾ ਮੈਨੂੰ ਤਾਂ ਡਾਇਲੋਗ ਯਾਦ ਆ ਗਿਆ ਦੀਵਾਰ ਮੂਵੀ ਦਾ ਹਾਂ ਮੇਰੇ ਬਾਪ ਦਾ ਨਾਮ ਜਦੋਂ ਸ਼ਸ਼ੀ ਕਪੂਰ ਕਹਿੰਦਾ ਨਾ ਭਾਈ ਭਾਈ ਡਾਕੂਮੈਂਟ ਪੇ ਸਾਈਨ ਕਰੋ ਕਿ ਚੋਰਾਂ ਦੀ ਲਿਸਟ ਉਹਦਾ ਨਾ ਕਹਿੰਦਾ ਪਹਿਲਾਂ ਉਸੇ ਸਾਈਨ ਲਿਖੋ ਜਿਸ ਨੇ ਲਿਖਿਆ ਮੇਰਾ ਬਾਪ ਚੋਰ ਹੈ ਰਾਤ ਦੀ ਸਾਰੀ ਰਾਤ ਦੀ ਸੁੱਤੀ ਨਹੀਂ ਹੈ ਜੀ ਕਿਉਂਕਿ ਮੈਂ ਨਿਊਜ਼ ਪੜ੍ਹਨੀ ਸੀ ਮੈਂ ਨਿਊਜ਼ ਇਹਦੇ ਬਾਰੇ ਦੇਖਣੀ ਸੀ ਕਿ ਲੋਕ ਕੀ ਕਹਿ ਰਹੇ ਨੇ ਲੋਕ ਕੀ ਕਰ ਰਹੇ ਨੇ ਜਾਂ ਕੀ ਹੋਏਗਾ ਸਲਮਾਨ ਖਾਨ ਦਾ ਮੈਂ ਇਹਦਾ ਗਵਾਹ ਹਾਂ ਜੀ ਪਿਛਲੇ 2 ਦਿਨਾਂ ਤੋਂ ਸਾਡੇ ਘਰੇ ਪੀਲੀ ਦਾਲ ਬਣੀ ਹੈ ਬਿਨਾਂ ਲੂਣ ਮਿਰਚਾਂ ਦੀ ਮੈਂ ਕਿਹਾ ਜੋ ਸਲਮਾਨ ਖਾਨ ਖਾਏਗਾ ਕੋਈ ਖਿਲਾਵਾਂਗੇ ਕੋਈ ਖਿਲਾਵਾਂਗੇ ਅੱਜ ਸ਼ਾਇਦ ਚਿਕਨ ਸ਼ੁਕਨ ਮਿਲ ਜਾਏ ਕਿਉਂਕਿ ਅੱਜ ਬਾਹਰ ਹੋ ਗਿਆ ਅੱਜ ਪਾਰਟੀ ਡੇ ਹੈ ਤੇ ਇਹ ਗੱਲ ਸੱਚੀ ਹੈ ਕਿਉਂਕਿ ਮੈਂ ਆਈ ਵਾਸ ਵੈਰੀ ਅਨਹੈਪੀ ਕਿ ਜਿਸ ਤਰੀਕੇ ਨਾਲ ਕਿਉਂਕਿ ਇਹ ਜੋ ਕੁਐਸਚਨ ਮੈਂ ਹੁਣ ਕਰ ਰਹੀ ਹਾਂ ਅਸੀਂ ਲਾਈਵ ਕਰ ਰਹੇ ਹਾਂ ਕੋਈ ਰਿਕਾਰਡਡ ਸ਼ੋ ਨਹੀਂ ਹੈ ਇਹਨੂੰ ਕੋਈ ਅਸੀਂ ਕੱਟ ਨਹੀਂ ਕਰ ਰਹੇ ਬਿਲਕੁਲ ਲਾਈਵ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਬਿਲਕੁਲ ਲਾਈਵ ਹੈ ਬਾਕੀ ਬਿਲਕੁਲ ਲਾਈਵ ਆਇਆ ਹੈ ਟਿਕਟਾਂ ਬਚਾਉਂਦਾ ਹੋਇਆ ਇੱਥੇ ਸਾਡੇ ਕੋਲ ਬੜਾ ਸ਼ਾਰਟ ਨੋਟਿਸ ਕਿਉਂਕਿ ਆਈ ਵਾਸ ਵੇਟਿੰਗ ਫਾਰ ਹਿਮ ਬਿਕੋਜ਼ ਇਹ ਨਹੀਂ ਮੈਂ ਦੱਸ ਰਿਹਾ ਕਿ ਪਾਕਿਸਤਾਨ ਤੋਂ ਹੀ ਇਜ਼ ਅ ਵੈਰੀ ਵੈਲ ਨੋਨ ਪਰਸਨ ਡੀਐਮਵੀ ਏਰੀਆ 'ਚ ਲੇਕਿਨ ਇਹਨੂੰ ਵੀ ਲੱਗਿਆ ਕਿ ਟਾਪ ਆਫ ਦੈਟ ਹੀ ਇਜ਼ ਅ ਵੈਰੀ ਗੁੱਡ ਹਿਊਮਨ ਬੀਇੰਗ ਟਾਪ ਆਫ ਦੈਟ ਕਿਹਦੀ ਗੱਲ ਕਰੀ ਇਹਦੀ ਗੱਲ ਹਾਂ ਮੈਂ ਵੀ ਇਹਦੀ ਗੱਲ ਕਰ ਓਕੇ ਸੋ ਇਹ ਗੱਲ ਨਹੀਂ ਕਿ ਇਹ ਮੁਸਲਮਾਨ ਹੈ ਜਾਂ ਮੈਂ ਸਿੱਖ ਹਾਂ ਜਾਂ ਕੋਈ ਹਿੰਦੂ ਹੈ ਜਾਂ ਇੰਡੀਅਨ ਹੈ ਜਾਂ ਪਾਕਿਸਤਾਨੀ ਇਹ ਮੈਟਰ ਕਰਦਾ ਜਿਵੇਂ ਆਗਾ ਜੀ ਨੇ ਗੱਲ ਕੀਤੀ ਸੀ ਥੋੜ੍ਹੀ ਦੇਰ ਪਹਿਲਾਂ ਕਿ ਜਦੋਂ ਅਸੀਂ ਬਰਥ ਲੈਂਦੇ ਹਾਂ ਸਾਨੂੰ ਨਹੀਂ ਪਤਾ ਕਿ ਅਸੀਂ ਕੀ ਹਾਂ ਜਦ ਤੱਕ ਸਾਨੂੰ ਮਾਂ ਬਾਪ ਉਸ ਸਾਚੇ 'ਚ ਨਹੀਂ ਢਾਲਦੇ ਕਿ ਬੇਟਾ ਸਿਰ ਕਵਰ ਕਰ ਇਹ ਗੁਰਦੁਆਰੇ ਜਾਣਾ ਅਸੀਂ ਜਾਂ ਅਸੀਂ ਆਹ ਕਰਨਾ ਜਾਂ ਨਮਾਜ਼ਾਂ ਪੜ੍ਹਨੀਆਂ ਨੇ ਹੋ ਸਕਦਾ ਕਿ ਮੈਂ ਪੈਦਾ ਕਿਤੇ ਹੋਰ ਹੋਈ ਹਾਂ ਮੈਨੂੰ ਕਿਤੇ ਹੋਰ ਘੱਲ ਦਿੱਤਾ ਅਤੇ ਮੈਂ ਉਹ ਬਣ ਗਈ ਹਾਂ
ਬਿਲਕੁਲ ਰਾਈਟ ਕਹਿਣ ਦਾ ਮਕਸਦ ਹੈ ਕਿ ਤੁਸੀਂ ਮਜ਼ਹਬ ਬਿਲਕੁਲ ਤੁਹਾਡਾ ਬਿਟਵੀਨ ਖੁਦਾ ਔਰ ਤੁਹਾਡੇ ਦਰਮਿਆਨ 'ਚ ਭਗਵਾਨ ਔਰ ਤੁਹਾਡੇ ਦਰਮਿਆਨ 'ਚ, ਲੇਕਿਨ ਮਜ਼ਹਬ ਦਾ ਮਤਲਬ ਇਹ ਨਹੀਂ ਕਿ ਦੂਜੇ ਇਨਸਾਨ ਨੂੰ ਤੁਸੀਂ ਕਹੋ ਜੀ ਇਹਨੂੰ ਮਾਰ ਦਿਓ ਅਤੇ ਮੈਨੂੰ ਜੰਨਤ ਮਿਲ ਜਾਏਗੀ। ਨਾ, ਇਹ ਕੋਈ ਮਜ਼ਹਬ ਵੀ ਨਹੀਂ ਇਜਾਜ਼ਤ ਦਿੰਦਾ ਕਿਸੇ ਹਿਊਮਨ ਬੀਂਗ ਨੂੰ ਤੁਸੀਂ ਯਾਰ ਹਿਊਮੈਨਿਟੀ ਪਲੀਜ਼ ਇਹ ਇਸ ਮੁਲਕ ਦੇ ਵਿੱਚ ਵੇਖੋ ਇਟਸ ਵੈਰੀ ਇੰਪੋਰਟੈਂਟ। ਕਿਉਂ ਅਮੈਰੀਕਾ ਤਰੱਕੀ ਕਰ ਰਿਹਾ? ਇੱਥੇ ਉਹਨਾਂ ਨੇ ਸਾਨੂੰ ਹਰ ਬੰਦੇ ਨੂੰ ਲਿਮਿਟ ਦਿੱਤੀ ਹੋਈ ਹੈ। ਇਹ ਤੇਰਾ ਗੁਰਦੁਆਰਾ ਹੈ, ਮਸਜਿਦ ਹੈ, ਚਰਚ ਹੈ, ਟੈਂਪਲ ਹੈ, ਗੁਰਦੁਆਰਾ, ਇੱਥੇ ਕੋਈ ਬੰਦਾ ਬਾਦਲ ਆਪਣੇ ਜਾ ਕੇ ਜੋ ਮਰਜ਼ੀ ਕਰੋ, ਲੇਕਿਨ ਬਾਹਰ ਕਿਸੇ ਨੂੰ ਬਾਦਲ ਨਾ ਕਰੋ। ਇਹ ਤੁਸੀਂ ਆਪਣੇ ਇੰਡੀਆ ਇਜ਼ ਵੈਰੀ ਵੈਲ ਐਜੂਕੇਟਡ ਪੀਪਲਸ, ਔਰ ਮੈਂ ਸਮਝਦਾ ਦੁਨੀਆ ਤੁਹਾਡਾ ਨਾਮ ਹੈ। ਪਲੀਜ਼ ਬੀ ਹਿਊਮਨ ਬੀਂਗ ਔਰ ਟੇਕ ਕੇਅਰ ਯੂਅਰ ਕੰਟਰੀ ਵੈਰੀ ਗੁੱਡ ਵੇ ਜੀ। ਔਰ ਮੈਂ ਇਹ ਕਹਾਂਗੀ, ਦੇਖੋ ਰਾਇਵਲੀ ਅਤੇ ਹਰ ਬਿਜ਼ਨਸ ਔਰ ਹਰ ਪ੍ਰੋਫੈਸ਼ਨਲ 'ਚ ਹੈਗੀ ਹੈ ਅਤੇ ਵਿਚ ਇਜ਼ ਓਕੇ, ਲੇਕਿਨ ਕਿਸੇ ਦੀ ਜ਼ਿੰਦਗੀ ਤਬਾਹ ਕਰਨੀ ਜਾਂ ਕਿਸੇ ਦਾ ਕਰੀਅਰ ਹੀ ਤਬਾਹ ਕਰ ਦੇਣਾ ਜਿਹੜੀ ਉਹਦੀ ਰੋਜ਼ੀ ਰੋਟੀ ਹੈ। ਔਰ ਜਿਵੇਂ ਮੇਰੇ ਭਰਾ ਨੇ ਕਿਹਾ ਕਿ ਉਸ ਬੰਦੇ ਦੇ ਨਾਲ ਹੋਰ ਬਥੇਰੇ ਗਰੀਬਾਂ ਦੀ ਰੋਜ਼ੀ ਲੱਗੀ ਹੈ। ਤੁਹਾਨੂੰ ਸ਼ਾਇਦ ਪਤਾ ਹੋਏ ਕਿ ਨਹੀਂ ਕਿ ਉਹਨੇ ਇੱਕ ਸੜਕ 'ਤੇ ਇੱਕ ਬੱਚੀ ਉਹਨੂੰ ਮਿਲੀ ਸੀਗੀ, ਸਲਮਾਨ ਖਾਨ ਨੂੰ, ਅਬੈਂਡਨਡ, ਕੋਈ ਨਾਲ ਨਹੀਂ ਸੀ, ਮਾਂ ਬਾਪ ਨਾਲ ਨਹੀਂ ਸੀ। ਸੜਕ 'ਤੇ ਬੱਚਾ ਰੋਣ ਡਿਆ ਸੀ, ਉਹਨੇ ਲਾਈਟ 'ਤੇ ਖਲੋਤਾ, ਉਹਨੇ ਦੇਖਿਆ ਬੜੇ ਦੇਰ ਦਾ ਬੱਚਾ ਰੋ ਰਿਹਾ, ਉਹਨੇ ਥੋੜ੍ਹਾ ਜਿਹਾ ਦੇਖਿਆ ਕਿ ਕੋਈ ਇਹਦੇ ਮਾਂ ਬਾਪ ਹੈ ਨਹੀਂ ਕਿ ਨਹੀਂ। ਉਸ ਬੱਚੀ ਨੂੰ ਘਰ ਚੱਕ ਕੇ ਲੈ ਆ, ਅੱਜ ਉਹਦਾ ਵਿਆਹ ਕਰਕੇ ਅੱਜ ਆਪਣੀ ਸੱਕੀ ਭੈਣ ਵਾਂਗੂ ਉਹਦੇ ਨਾਲ ਰਿਲੇਸ਼ਨ ਬਣਾਏ ਹੋਏ ਨੇ, ਔਰ ਉਹਨੂੰ ਉਸ ਤਰ੍ਹਾਂ ਹੀ ਡੀਲ ਕਰਦਾ ਜਿਵੇਂ ਉਹਦੀ ਰੀਅਲ ਸਿਸਟਰ ਹੋਵੇ। ਉਹਦੀ ਰੀਅਲ ਸਿਸਟਰ, ਮਾਇੰਡ ਯੂ ਗਾਇਸ, ਰੀਅਲ ਸਿਸਟਰ ਨੂੰ ਅਸੀਂ ਬਹੁਤ ਘੱਟ ਕੈਮਰਾ 'ਤੇ ਵੇਖਿਆ, ਅਸੀਂ ਉਸ ਕੁੜੀ ਨੂੰ ਜ਼ਿਆਦਾ ਕੈਮਰਾ 'ਤੇ ਵੇਖਿਆ। ਤੋ ਸਲਿਊਟ ਟੂ ਦੋਸ ਕਾਇੰਡ ਆਫ ਪੀਪਲ ਜਿਹੜੇ ਕਿ ਕਹਿੰਦੇ ਨੇ ਕਿ ਜੀ ਇਹ ਵੂਮੈਨ ਨੂੰ ਇਹਨੇ ਐਸ਼ਵਰਿਆ ਰਾਏ ਨੂੰ ਇਹਨੇ ਹਰੈਸ ਕੀਤਾ, ਜਾਂ ਐਸ਼ਵਰਿਆ ਰਾਏ ਨੂੰ, ਉਹਨਾਂ ਦੀ ਪਰਸਨਲ ਮੈਟਰ ਸੀ, ਬੋਏਫ੍ਰੈਂਡ ਗਰਲਫ੍ਰੈਂਡ ਸੀ, ਕੀ ਪਤਾ ਅਸੀਂ ਹਸਬੈਂਡ ਵਾਈਫ ਹਾਂ, ਸਾਡੀ ਹਜ਼ਾਰ ਆਰਗੂਮੈਂਟਸ ਹੁੰਦੀਆਂ ਨੇ। ਕੇਸ ਨਹੀਂ ਖੋਲਦੇ ਨਹੀਂ, ਆਪਣੇ ਕਹਿੰਦੇ ਨੇ ਨਾ, ਆਪਣੇ ਸ਼ੈਲ ਚੋਂ ਬਾਹਰ ਨਿਕਲ ਕੇ ਗੱਲ ਕਰੋ। ਮੈਂ ਗੱਲ ਕਰ ਰਹੀ ਹਾਂ ਵੀ ਹਿਊਮਨ ਬੀਨ ਕਰੋ, ਨਹੀਂ ਕਿ ਤੁਸੀਂ ਐਜ਼ ਏ ਹਿੰਦੂ ਜਾਂ ਸਿੱਖ ਜਾਂ ਮੁਸਲਮਾਨ ਰਹਿ ਕੇ ਗੱਲ ਕਰੋ, ਉਸ ਤੋਂ ਥੋੜ੍ਹਾ ਜਿਹਾ ਨਿਊਟਰਲ ਹੋ ਕੇ ਗੱਲ ਕਰੋ। ਖਾਸ ਤੌਰ 'ਤੇ ਜਿਹੜੇ ਅਮੈਰੀਕਾ 'ਚ ਰਹਿ ਰਹੇ ਨੇ ਨਾ, ਉਹ ਚਾਹੇ ਹਿੰਦੂ ਨੇ, ਸਿੱਖ ਨੇ, ਮੁਸਲਿਮ ਨੇ, ਉਹਨਾਂ ਨੂੰ ਤਾਂ ਇਸ ਮੁਲਕ ਤੋਂ ਲਰਨ ਕਰਨਾ ਚਾਹੀਦਾ ਕਿ ਇਸ ਮੁਲਕ ਦੀ ਖੂਬਸੂਰਤੀ ਇਹ ਕਿ ਉਹਨਾਂ ਨੇ ਆਪਣੀ ਹਿਊਮਨ ਬੀਨ ਹਰਾਮਗੀ। ਪਤਾ ਕੀ ਹੋ ਰਹੀ ਹੈ ਮੈਨੂੰ, ਇੰਡੀਆ ਦੇ ਆਪਣੇ ਲੋਕ ਤੇ ਸਲਮਾਨ ਖਾਨ ਜੇਲ੍ਹ 'ਚ ਜਾਣ ਦਾ ਮੁੱਦਾ ਲੈ ਕੇ ਬੜੇ ਐਕਸਾਈਟਡ ਨੇ, ਇੱਥੇ ਵੀ ਲੋਕ ਕਰ ਰਹੇ ਨੇ। ਦੇਖੋ ਮੈਂ ਜਿਹੜੀ ਪੋਸਟ ਪੜ੍ਹ ਕੇ ਤੁਸੀਂ ਇੰਸਪਾਇਰਡ ਹੋਏ, ਤੁਸੀਂ ਸੁਣਿਆ, ਸੋਚਿਆ ਕਿ ਮੈਂ ਗੂਗਲ ਕਰਾਂ ਕਿ ਵਟ ਹੈਪਨ, ਕਿ ਸਲਮਾਨ ਖਾਨ ਨਾਲ ਕੀ ਹੋਇਆ ਕੀ ਨਹੀਂ ਹੋਇਆ, ਉਹੀ ਫੋਟੋ ਦੇ ਥੱਲੇ ਤੁਸੀਂ ਅਗਰ ਦੇਖੋਗੇ ਨਾ, ਤਾਂ ਲੋਕਾਂ ਨੇ ਬੜੇ ਹਾਰਸ਼ ਕਿਸਮ ਦੇ, ਮੈਂ ਹਾਰਸ਼ ਕਹਾਂਗੀ, ਕਿ ਮੈਸੇਜਿਸ ਲਿਖੇ ਨੇ, ਵਿਚ ਇਜ਼ ਗਾਇਸ ਥੈਂਕ ਯੂ, ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਕੀ ਚੀਜ਼ ਹੋ, ਔਰ ਅਸੀਂ ਉਹ ਹੀ ਨਹੀਂ ਬਣਨਾ, ਯੂ ਗਾਇਸ ਆਰ ਆਰ ਰੋਲ ਮਾਡਲ। ਮੈਂ ਗੱਲ ਕਹਾਂਗੀ ਕਿ ਤੁਸੀਂ ਅਗਰ ਕਹਿੰਦੇ ਹੋ ਜੀ ਮਨਮੋਹਨ ਸਿੰਘ ਜੀ ਆਹ ਕਰਦੇ, ਮਨਮੋਹਨ ਸਿੰਘ ਜੀ ਉਹ ਕਰਦੇ, ਐਟਲੀਸਟ ਹੁਣ ਤਾਂ ਅਸੀਂ ਸੁਧਾਰ ਸਕਦੇ ਹਾਂ। ਜਿਹੜੀ ਚੀਜ਼ ਪਿੱਛੇ ਹੋ ਗਈ ਕਿ ਉਹਨੂੰ ਤੁਸੀਂ ਵਾਪਸ ਦੁਹਰਾਉਣਾ ਚਾਹੁੰਦੇ ਹੋ, ਵਟਸ ਰੋਂਗ ਵਿਦ ਯੂਰ ਬ੍ਰੇਨ ਮੈਨ, ਕਮ ਆਨ, ਗਰੋ ਅਪ। ਅਮਰੀਕਾ ਜਾ ਕੇ ਵੀ ਤੁਸੀਂ ਬੁਲਸ਼ਿਟ ਕਰ ਰਹੇ ਹੋ। ਆਮ ਸੋਰੀ, ਆਮ ਸੇਇੰਗ ਦਿਸ ਵਰਡ, ਬਟ ਆਮ ਸੇਇੰਗ ਦ ਟਰੂਥ, ਕਿ ਆਪਣੇ ਆਪ ਨੂੰ ਗਰੋ ਕਰੋ। ਇਹ ਨਹੀਂ ਕਿ ਕਿਸੇ ਦਾ ਬਿਜ਼ਨਸ ਡਾਊਨ ਕਰਨ ਲਈ ਕਿ ਉਹ ਇਹਦਾ ਸ਼ੋਅ ਨਾ ਹਿੱਟ ਹੋ ਜਾਏ, ਇਹ ਬੰਦਾ ਨਿਊਯਾਰਕ 'ਚ ਨਾ ਛਾ ਜਾਵੇ ਜਾਂ ਕੈਲੀਫੋਰਨੀਆ 'ਚ ਨਾ ਛਾ ਜਾਵੇ, ਤਾਂ ਤੁਸੀਂ ਬੁਲਸ਼ਿਟ ਲਿਖਦੇ ਪਏ ਹੋ ਕਿ ਜੀ ਮਨਮੋਹਨ ਸਿੰਘ ਨੂੰ ਵਿੱਚ ਵਾਰਡ ਲਿੱਤਾ। ਅਤੇ ਜਿਹੜੀ ਚੀਜ਼ ਗੌਰਮੈਂਟ ਨੇ ਤੋਂ ਜਿਹੜੀ ਮਿਸਟੇਕ ਹੋਈ ਹੈ ਕਿ ਅਗਰ ਅਸੀਂ ਲੋਕ ਸਾਰੇ ਐਜ਼ ਏ ਯੂਨਾਈਟ ਹੋ ਕੇ ਅਸੀਂ ਉਹਦੇ ਲਈ ਖਿਲਾਫ਼ ਨਹੀਂ ਲੜਾਂਗੇ, ਤਾਂ ਉਸ ਚੀਜ਼ 'ਚ ਸੁਧਾਰ ਨਹੀਂ ਆਏਗਾ। ਅੱਜ ਨੂੰ ਪਹਿਲਾਂ ਮੁਸਲਮਾਨਾਂ ਨੂੰ ਯੂਨੋ ਮਸਜਿਦਾਂ ਢਾਈਆਂ, ਮੁੜ ਕੇ ਗੁਰਦੁਆਰੇ ਢਾਏ, ਮੁੜ ਕੇ ਮੰਦਰ ਟੁੱਟੇ, ਕਿ ਆਪਾਂ ਇਹੀ ਕਰੀ ਜਾਣਾ? ਕਦੀ ਮੰਦਰ ਢਾਤਾ, ਕਦੀ ਗੁਰਦੁਆਰਾ ਢਾਤਾ, ਕਦੀ ਮਸਜਿਦ ਢਾ ਦਿੱਤੀ, ਕੀ ਕਰਦੇ ਪਏ ਹੋ ਤੁਸੀਂ? ਰੱਬ ਨੇ ਤੁਹਾਡਾ, ਕਿਸੇ ਨੇ ਕੁਛ ਨਹੀਂ ਵਿਗਾੜਿਆ, ਕਿਸੇ ਕੋਈ ਰੱਬ ਇਹ ਨਹੀਂ ਕਹਿੰਦਾ ਕਿ ਇਹਨੂੰ ਮਾਰ ਅਤੇ ਉਹਨੂੰ ਮਾਰ ਅਤੇ ਉਹਨੂੰ ਮਾਰ। ਸੋ ਮੈਂ ਇਹ ਕਹਾਂਗੀ ਕਿ ਥੈਂਕ ਯੂ ਗਾਇਸ, ਤੁਸੀਂ ਲਿਖਦੇ ਹੋ ਔਰ ਤੁਸੀਂ ਮੈਨੂੰ ਇੰਸਪਾਇਰਡ ਕਰਦੇ ਹੋ ਕਿ ਮੈਂ ਤੁਹਾਡੇ ਵਰਗਾ ਨਹੀਂ ਬਣਨਾ। ਥੈਂਕ ਯੂ। ਚਲੋ ਜੀ, ਇਹ ਇੰਨਾ ਜੋਸ਼ ਹੋਸ਼ 'ਚ ਬੋਲੀ ਹੈ, ਠੀਕ ਹੈ, ਮਾਹੌਲ ਬੜਾ ਗਰਮ ਹੈ ਇੱਥੇ, ਵੈਸੇ ਗਰਮੀ ਲਾਈਟਾਂ ਨੇ ਬੜੀ ਕੀਤੀ ਹੋਈ ਹੈ, ਅਤੇ ਹਰ ਬੰਦੇ ਦੀ ਪਰਸਨਲ ਓਪੀਨੀਅਨ ਹੈ, ਠੀਕ ਹੈ, ਅਸੀਂ ਤੁਹਾਡੇ ਕਮੈਂਟ ਨੂੰ ਕੁਛ ਨਹੀਂ ਕਹਾਂਗੇ, ਤੁਹਾਡੀ ਪਰਸਨਲ ਓਪੀਨੀਅਨ, ਤੁਹਾਡੀ ਫੀਲਿੰਗਸ ਹੈ, ਤੁਸੀਂ ਲਿਖਿਆ, ਤੁਸੀਂ ਸਿੱਖਿਆ ਲਿਖਿਆ ਸਿਰ ਮੱਥੇ 'ਤੇ, ਸਾਨੂੰ ਕਈ ਲੋਕ ਐਪਰੀਸ਼ੀਏਟ ਕਰਨਗੇ, ਕਈ ਲੋਕ ਨਹੀਂ ਕਰਨਗੇ, ਫਿਰ ਵੀ ਸਾਡੇ ਸਿਰ ਮੱਥੇ 'ਤੇ, ਕਿਉਂਕਿ ਮਹਾਰਾਜ ਨੇ ਸਾਨੂੰ ਇਹੀ ਸਿਖਾਇਆ ਕਿ ਬਈ ਸਤਿ ਸ਼੍ਰੀ ਅਕਾਲ ਬੁਲਾਓ, ਜੇ ਜਵਾਬ ਅਗਲਾ ਦਿੰਦਾ ਤਾਂ ਠੀਕ ਹੈ, ਨਹੀਂ ਦਿੰਦਾ ਤਾਂ ਵੀ ਠੀਕ ਹੈ। ਮੈਂ ਤਾਂ ਮਹਾਰਾਜ ਅੱਗੇ ਅਰਦਾਸ ਕਰਨਾ, ਸ਼ੁਕਰ ਹੈ ਸੰਜੇ ਦੱਤ ਦੀ ਫੈਨ ਨਹੀਂ ਸੀ, ਕਿਉਂਕਿ 2 ਦਿਨਾਂ 'ਚ ਮੈਂ ਦਾਲ ਖਾਧੀ, ਉਹ ਤਾਂ 18 ਮਹੀਨੇ ਲਈ ਜੇਲ੍ਹ ਗਿਆ ਸੀ, ਮੈਂ ਤਾਂ ਮਰ ਹੀ ਜਾਣਾ ਸੀ। ਮੈਂ ਦੱਸ ਰਹੀ ਸੀ ਕਿ ਜੇਲ੍ਹ ਦਾ ਖਾਣਾ ਕਿਸ ਤਰ੍ਹਾਂ ਦਾ ਹੋਏਗਾ, ਈਵਨ ਕਿ ਉੱਥੇ ਇਹ ਵੀ ਦੱਸਿਆ ਗਿਆ ਕਿ ਜੀ ਸ਼ੁਕਰ ਹੈ ਮੈਨੂੰ ਕੱਛਾ ਪਵਾ ਕੇ ਬਾਹਰ ਨਹੀਂ ਬਿਠਾਤਾ ਇਹਨੇ, ਠੰਡ ਸੀ ਨਹੀਂ ਤਾਂ ਮੈਂ ਕਰ ਦੇਣਾ ਸੀ। ਐਟ ਦ ਐਂਡ ਆਪਾਂ ਇਹ ਕਹਾਂਗੇ, ਆਗਾ ਜੀ ਮੋਨੀ,
ਕਿ ਜ਼ਿੰਦਗੀ ਚੱਲਦੀ ਰਹਿਣੀ ਹੈ ਆਪਣੇ ਆਪਣੇ ਡੀਡਸ ਹਿਊਮਨ ਤਰੀਕੇ ਨਾਲ ਜੋ ਤੁਹਾਡੇ ਕੋਲ ਹੈਗਾ ਇਹ ਬੰਦਾ ਰਨਿੰਗ ਕਰਕੇ ਜਰਸੀਆਂ 'ਤੇ ਲਿਖਦਾ ਪੀਸ ਔਰ ਆਪਣੇ ਬਜਟ 'ਚ ਆਪਣੇ ਪੈਸੇ 'ਚ ਇਹ ਸਾਰਾ ਕੁਛ ਕਰਦਾ ਹੈਗਾ ਹੈਟਸ ਆਫ ਟਾਈਮ ਸਾਡੇ ਡੀ ਐਮ ਵੀ ਏਰੀਆ ਦਾ ਮੇਰੇ ਲਈ ਆਗਾ ਸਲਮਾਨ ਖਾਨ ਹੈ ਜੀ ਅੱਜ ਮਾਈ ਟੀ ਵੀ 'ਤੇ ਅਸੀਂ ਕਹਿ ਰਹੇ ਹਾਂ ਆਗਾ ਸਾਡੇ ਲਈ ਸਲਮਾਨ ਖਾਨ ਹੈ ਬਿਲਕੁਲ ਔਰ ਐਂਜੀ ਸਲਮਾਨ ਖਾਨ ਦੁਨੀਆਂ ਦਾ ਸਲਮਾਨ ਖਾਨ ਹੈ ਸੋ ਆਪਾਂ ਐਂਜੀ ਸਾਰਿਆਂ ਦੀ ਰਿਸਪੈਕਟ ਕਰੀਏ ਪਲੀਜ਼ ਹੱਥ ਜੋੜ ਕੇ ਬੇਨਤੀ ਕਿਸੇ ਨੂੰ ਬੁਰਾ ਨਾ ਲੱਗਿਆ ਹੋਵੇ ਯੂ ਨੋ ਲੈਂਗੁਏਜ ਹੈ ਕਈ ਵਾਰੀ ਨਹੀਂ ਲੱਗੇ ਨਹੀਂ ਇਟਸ ਓਕੇ ਕੁਲਦੀਪ ਜਿਵੇਂ ਉਹਨਾਂ ਦੇ ਵਰਡਸ ਵਰਡਸ ਇਜ਼ ਮੋਰ ਜਿਹੜੇ ਵਰਡਸ ਨੇ ਨਾ ਬੰਦੇ ਦੀ ਸੋਚ ਹੈ ਮੈਂ ਤੁਹਾਨੂੰ ਗੱਲ ਦੱਸਾਂ ਪਹਿਲੀ ਕਲਾਸ ਦਾ ਬੱਚਾ ਪਹਿਲੀ ਕਲਾਸ ਦੀ ਲੈਂਗੁਏਜ ਅਰਗਾ ਹੀ ਬੋਲੇਗਾ ਇੱਕ ਗ੍ਰੈਜੂਏਟ ਗ੍ਰੈਜੂਏਟ ਤਰੀਕੇ ਨਾਲ ਬੋਲੇਗਾ ਇੱਕ ਪੀ ਐਚ ਡੀ ਤਰੀਕੇ ਨਾਲ ਬੋਲੇਗਾ ਸਾਹਮਣਾ ਸੁਣਨ ਵਾਲਾ ਤਿੰਨੋਂ ਬੰਦਿਆਂ ਨੂੰ ਸੁਣ ਰਿਹਾ ਲੇਕਿਨ ਐਂਡ ਆਫ ਦਾ ਡੇ ਉਹਨੇ ਆਪਣਾ ਰਿਜ਼ਲਟ ਦੇਣਾ ਕਿ ਉਹਨੇ ਕੀ ਸੋਚਿਆ ਇੱਕ ਚੀਜ਼ ਹੋਰ ਵੀ ਸ਼ੇਅਰ ਕਰੋ ਕਿ ਵੇਖੋ ਤੁਸੀਂ ਇੱਕ ਬੰਦੇ ਦਾ ਮੈਂ ਸਲਮਾਨ 'ਤੇ ਨਹੀਂ ਇਸ ਵਕਤ ਇੱਕ ਐਗਜ਼ਾਮਪਲ ਦੇਣ ਲੱਗਾ ਕਿ ਤੁਸੀਂ ਇੱਕ ਦੋ ਬੰਦਿਆਂ ਦੇ ਫੋਲਟ 'ਤੇ ਪੂਰੀ ਨੇਸ਼ਨ ਨੂੰ ਬੁਰਾ ਨਹੀਂ ਕਹਿ ਸਕਦੇ ਇਸ ਮੁਲਕ ਦੀ ਇੱਕ ਖੂਬਸੂਰਤੀ ਵੇਖੋ ਕਿ ਜਦੋਂ 9/11 ਹੋਇਆ ਸੀ ਸੈਕਿੰਡ ਡੇ ਪ੍ਰੈਜ਼ੀਡੈਂਟ ਬੁਸ਼ ਵਾਸ਼ਿੰਗਟਨ DC ਦੀ ਮਸਜਿਦ ਦੇ ਵਿੱਚ ਜਾ ਕੇ ਉਹਨੇ ਕਿਹਾ ਸੀ ਅਮੈਰੀਕਨਸ ਨੂੰ ਕਿ ਮੁਸਲਮਾਨਾਂ ਨੂੰ ਅਮੈਰੀਕਾ ਦੇ ਵਿੱਚ ਡੋਂਟ ਟੱਚ ਇਟ ਬਿਕੋਜ਼ ਇਹ ਅਮੈਰੀਕਨ ਮੁਸਲਿਮ ਨੇ ਤੁਸੀਂ ਵੇਖੋ ਅਗਲੇ ਆਪਣੇ ਮੁਲਕ ਦਿਸ ਇਜ਼ ਐਗਜ਼ਾਮਪਲ ਫੋਰ ਯੂ ਗਾਇਜ਼ ਜਿਹੜਾ ਵੀ ਹਿੰਦੂ ਸਿੱਖ ਕ੍ਰਿਸਚਨ ਬੁੱਧਿਸਟ ਔਰ ਮੁਸਲਿਮ ਇੰਡੀਆ ਦੇ ਵਿੱਚ ਉਹ ਹਿੰਦੁਸਤਾਨੀ ਹੈ ਇੰਡੀਅਨ ਹੈ ਪਲੀਜ਼ ਰਿਸਪੈਕਟ ਈਚ ਅਦਰ ਉਹਦਾ ਇਹ ਮਕਸਦ ਨਹੀਂ ਕਿ ਤੁਸੀਂ ਜੀ ਉਹ ਹਿੰਦੂ ਦੇ ਉਹ ਸਿੱਖ ਦੇ ਉਹਨੂੰ ਮਾਰ ਦਿਓ ਜਾਂ ਉਹ ਕ੍ਰਿਸਚਨ ਹੈ ਉਹਨਾਂ ਦੇ ਚਰਚ ਜਲਾ ਦਿਓ ਉਹ ਰੀਸੈਂਟਲੀ ਮੁਖਤਲਿਫ ਸੋਸ਼ਲ ਮੀਡੀਆ 'ਤੇ ਇਹਨਾਂ ਨੇ ਖੌਫਨਾਕ ਚੀਜ਼ਾਂ ਆਉਂਦੀਆਂ ਨੇ ਕਿ ਬੰਦਾ ਵੇਖ ਕੇ ਕਹਿੰਦਾ ਕਿ ਯਾਰ ਇੰਡੀਆ ਜਾਂ ਪਾਕਿਸਤਾਨ ਵਿੱਚ ਸੇਮ ਮੈਂ ਨਹੀਂ ਕਹਾਂਗਾ ਕਿ ਪਾਕਿਸਤਾਨ ਉਹਦੇ 'ਚ ਵੀ ਬਹੁਤ ਕੁਛ ਹੁੰਦਾ ਲੇਕਿਨ ਵੀ ਸਟੈਂਡ ਅਪ ਸਾਡੇ ਉੱਥੇ ਕ੍ਰਿਸਚਨਾਂ 'ਚ ਹੁੰਦਾ ਮੇਰੀ ਜਾ ਕੇ ਪੋਸਟ ਵੇਖ ਲਓ ਮੈਂ ਸਟੈਂਡ ਅਪ ਹੁੰਦਾ ਪਾਕਿਸਤਾਨ ਦੇ ਕ੍ਰਿਸਚਨ ਵਾਸਤੇ ਜਦੋਂ ਵੀ ਕੁਛ ਹੁੰਦਾ ਸਟੈਂਡ ਅਪ ਕਿਉਂਕਿ ਰੀਜ਼ਨ ਹੈ ਖਾਸ ਤੌਰ 'ਤੇ ਹਿੰਦੁਸਤਾਨ ਦੇ ਜਿਹੜੇ ਹਿੰਦੂ ਨੇ ਤੁਸੀਂ ਅਕਸਰੀਅਤ ਜੇ ਤੁਹਾਡਾ ਤਾਂ ਕੰਮ ਹੈ ਸਟੈਂਡ ਅਪ ਹੋਣਾ ਜਿਹੜੇ ਵੀ ਮਨੋਰਟੀ ਹੈਗੀ ਉਹਦੇ ਨਾਲ ਖੜੇ ਹੋਵੋ ਔਰ ਇਹ ਦੋ ਸਰਦਾਰਾਂ ਨੇ ਇੰਦਰਾ ਗਾਂਧੀ ਦਾ ਟਾਈਮ ਆਇਆ ਸੀ ਤੁਸੀਂ ਪੂਰੇ ਸਰਦਾਰਾਂ ਨੂੰ ਅੱਗ ਲਾ ਦਿੱਤੀ ਯਾਰ ਮੀਨਸ ਦਿਸ ਜਸਟਿਸ ਲੈ ਕੇ ਆਓ ਉਹ ਦੋ ਬੰਦਿਆਂ ਦਾ ਅਗਰ ਮਿਸਟੇਕ ਸੀ ਉਹਨੂੰ ਅਦਾਲਤ 'ਚ ਲੈ ਕੇ ਜਾਓ ਜਰਮਨ ਦੇ ਵਿੱਚ ਕੀ ਹੋਇਆ ਕਿ ਤੁਸੀਂ ਜੀ ਉਹ ਸਮ ਰੀਜ਼ਨ ਲਾਈਕ ਜੂਸ਼ ਦੀ ਪ੍ਰੋਬਲਮ ਤੁਸੀਂ ਪੂਰੀ ਜੂਸ਼ ਕਮਿਟੀ ਮਾਰ ਦਿੱਤੀ ਦੈਟਸ ਨਾਟ ਰਾਈਟ ਸੋ ਅੱਜ ਮੇਰਾ ਗਰਮੀ ਦਾ ਆਇਆ ਜੇਕਰ ਅਗਰ ਹੁਣ ਮੈਂ ਰੀਜ਼ਨ ਦੱਸ ਰਹੀ ਹਾਂ ਇੰਨੀ ਗਰਮੀ ਮੈਂ ਅਗਰ ਦਿਖਾਈ ਹੈ ਉਹ ਇਸੇ ਕਰਕੇ ਵਿਖਾਈ ਹੈ ਕਿ ਅਗਰ ਅਸੀਂ ਐਕਸ਼ਨਸ ਨਹੀਂ ਲਵਾਂਗੇ ਤਾਂ ਉਹ ਨੈਕਸਟ ਆਉਣ ਵਾਲੀ ਜਨਰੇਸ਼ਨ ਸਾਡੀ ਫਿਰ ਉਹੀ ਗਲਤੀ ਕਰੇਗੀ ਫਿਰ ਨਸਲਾਂ ਖਤਮ ਕਰੇਗੀ ਹਿੰਦੂ ਮਰੇ ਜਾਂ ਮੁਸਲਮਾਨ ਮਰੇ ਜਾਂ ਸਿੱਖ ਮਰੇ ਜਾਂ ਈਸਾਈ ਮਰੇ ਇਨਸਾਨ ਮਰ ਰਿਹਾ ਮਕਸਦ ਇਹ ਹੈ ਪੂਰੀ ਇਹ ਇੰਨੀ ਗਰਮੀ ਇੰਨੀ ਜਿਹੜੀ ਆਈ ਹੈ ਨਾ ਉਹ ਇਸੇ ਕਰਕੇ ਆਈ ਹੈ ਕਿ ਇਨਸਾਨੀ ਲਾਈਫ ਬਹੁਤ ਕੀਮਤੀ ਹੈ ਉਹਦੇ ਨਾਲ ਇੱਕ ਪਰਿਵਾਰ ਦੇ ਨਾਲ ਇੱਕ ਬੰਦੇ ਦੇ ਨਾਲ ਪੂਰਾ ਪਰਿਵਾਰ ਜੁੜਿਆ ਉਹ ਇੱਕ ਬੰਦੇ ਦੀ ਡੈਥ ਨਹੀਂ ਹੈ ਉਹ ਸਾਰਿਆਂ ਦੀ ਮੌਤ ਹੈ ਔਰ ਸਪੈਸ਼ਲੀ ਅਗਰ ਉਹ ਘਰ ਦਾ ਮੇਲ ਹੈ ਪੁਰਾਣੇ ਜ਼ਮਾਨੇ 'ਚ ਤਾਂ ਜਿਹੜੇ ਮੇਲ ਨੇ ਉਹੀ ਇਨਕਮ ਸੋਰਸ ਸੀਗੇ ਕੋਈ ਚੱਕਰ ਨੀ ਜੇ ਭਾਈਜਾਨ ਇਹ ਸਾਰਾ ਪੇ ਇੱਥੇ ਕਰਨਾ ਪਏਗਾ ਉਹ ਜੇ ਇੱਕ ਆਦਮੀ ਹੋਰ ਵੀ ਸੋਸ਼ਲ ਮੀਡੀਆ ਵਾਇਰਲ ਹੋਈ ਕਿਸੇ ਨੂੰ ਕਹਿ ਰਿਹਾ ਜੀ ਤੂੰ ਉਹ ਬੇਚਾਰਾ ਬਜ਼ੁਰਗ ਹੈ ਉਹਨੂੰ ਤੂੰ ਕਹਿ ਰਿਹਾ ਕਿ ਰਾਮ ਜੀ ਬੋਲ ਜੀ ਉਹਨੂੰ ਥੱਪੜ ਮਾਰ ਰਹੇ ਹਾਂ ਰਾਮ ਜੀ ਬੋਲ ਉਹ ਬੇਚਾਰਾ ਕਹਿ ਰਿਹਾ ਰਾਮ ਜੀ ਉਹ ਭਾਈਜਾਨ ਅਗਰ ਕਿਸੇ ਨੇ ਰਾਮ ਜੀ ਬੋਲਣਾ ਹੈ ਤਾਂ ਆਪਣਾ ਕਰੈਕਟਰ ਠੀਕ ਕਰੇ ਆਪਣੀ ਪਰਸਨੈਲਿਟੀ ਆਪਸੇ ਉਹ ਇਤਨਾ ਮੁਤਾਸਰ ਹੋ ਕਿ ਉਹ ਆਪਕੋ ਦੇਖੇਗਾ ਕਿ ਮੈਂ ਰਾਮ ਜੀ ਕੋ ਵਾਕਿਆ ਵੀ ਬਹੁਤ ਬੜਾ ਫੈਨ ਇਹ ਨਹੀਂ ਹੈ ਕਿ ਆਪ ਉਸਕੋ ਮਾਰੇ ਦਿਲ ਮੇਂ ਉਹ ਆਪਕੋ ਗਲੀਆਂ ਦੇ ਰਹਾ ਹੋਗਾ ਔਰ ਵਹੀ ਆਪਕੇ ਭਗਵਾਨ ਕੋ ਵੀ ਗਲੀਆਂ ਦੇ ਰਹਾ ਹੋਗਾ ਉਹ ਆਪਕਾ ਕਸੂਰ ਹੈ ਨਾ ਕਿ ਨਹੀਂ ਇਹਦਾ ਕਸੂਰ ਬਿਲਕੁਲ ਸਹੀ ਆਗਾ ਸਾਹਿਬ ਨੇ ਕਿਹਾ ਕਿ ਤੁਸੀਂ ਮਾਰ ਕੇ ਜੰਨਤ 'ਚ ਨਹੀਂ ਪਹੁੰਚਦੇ ਇੱਕ ਜੋਕ ਸੁਣਾਉਣਾ ਤੁਹਾਨੂੰ ਕਿ ਥੋੜ੍ਹਾ ਮਾਹੌਲ ਦੂਜੇ ਪਾਸੇ ਲੈ ਕੇ ਚੱਲੀਏ ਕਿ ਉਹ ਬੰਦਿਆਂ ਨੂੰ ਕਹਿੰਦੇ ਨੇ ਮੈਂ ਕਿਸੇ ਪਰਟੀਕੁਲਰ ਕੌਮ ਜਾਂ ਦੇਸ਼ ਦਾ ਨਾਂ ਨਹੀਂ ਲਊਗਾ ਉਹ ਕਹਿੰਦੇ ਜੀ ਹਿਊਮਨ ਬੌਂਬ ਬਣੋ ਅਤੇ ਫਟੋ ਅਤੇ ਸਿੱਧਾ ਜੰਨਤ 'ਚ ਚਲੇ ਜਾਓਗੇ ਅਤੇ ਦੂ ਇੱਕ ਬੰਦਾ ਕਹਿੰਦਾ ਯਾਰ ਮੇਰੇ 'ਚ ਥੋੜ੍ਹੇ ਘੱਟ ਪਾਏ ਕਹਿੰਦਾ ਕਿਉਂ ਕਹਿੰਦਾ ਅੱਜ ਕੱਲ੍ਹ ਲੋਕ ਜੰਨਤ ਤੋਂ ਵੀ ਅੱਗੇ ਜਾ ਰਹੇ ਨੇ ਜ਼ਿਆਦਾ ਉਹਦੇ ਰਸਤੇ 'ਚ ਨਹੀਂ ਅੱਗੇ ਪਹੁੰਚ ਰਹੇ ਨੇ ਸੋ ਮੇਰਾ ਕਹਿਣ ਦਾ ਮਤਲਬ ਇਹ ਜ਼ਿੰਦਗੀ ਯਾਰ ਜੀਓ ਹੈਵ ਫਨ ਚਿਲ ਕਰੋ ਚਿਲ ਤੁਸੀਂ ਜਸਟ ਚਿਲ ਦੇਖ ਰਹੇ ਹੋ
ਬਾਕੀ ਇੰਜੋਏ ਕਰੋ, ਵੀਕਐਂਡ ਹੈ, ਵਾਸ਼ਿੰਗਟਨ, ਬੰਬਈ, ਲਾਹੌਰ, ਜਿੱਥੇ ਵੀ ਹੋ ਚਿਲ ਕਰੋ। ਸਲਮਾਨ ਖਾਨ ਜੋ ਕਰਦਾ ਉਹਨੂੰ ਕਰਨ ਦਿਓ ਯਾਰ, ਇਜ਼ ਅ ਗੁੱਡ ਮੈਨ। ਸੋ ਲਓ ਜੀ, ਜਿਹਨੇ ਜਿਹੜੀ ਆਡੀਅੰਸ ਸਾਨੂੰ ਵੇਖ ਰਹੀ ਹੈ ਉਹਨਾਂ ਨੂੰ ਇਹ ਤਾਂ ਦੱਸ ਦਈਏ ਕਿ ਅਸੀਂ ਸਾਰਿਆਂ ਨੇ ਇਹ ਤਾਂ ਦੱਸ ਦਿੱਤਾ ਕਿ ਸਲਮਾਨ ਖਾਨ ਜੀ ਜੇਲ੍ਹ 'ਚ ਨੇ, ਲੇਕਿਨ ਉਹ ਛੁੱਟ ਗਏ ਨੇ। ਮੈਂ ਸੋ ਨਹੀਂ ਪਾਈ ਕਿਉਂਕਿ ਮੈਨੂੰ ਇਸ ਕਰਕੇ ਨਹੀਂ ਕਿ ਮੈਂ ਉਹਦੀ ਫੈਨ ਹਾਂ, ਕਿਉਂਕਿ ਉਸ ਬੰਦੇ 'ਚ ਮੈਂ ਪ੍ਰੋਗਰੈਸ ਦੇਖੀ ਹੈ, ਉਸ ਬੰਦੇ 'ਚ ਮੈਂ ਚੇਂਜ ਵੇਖਿਆ। ਚੇਂਜ ਹੀ ਲਾਈਫ ਹੈ, ਚੇਂਜ ਹੀ ਜ਼ਿੰਦਗੀ ਹੈ। ਅੱਜ ਦਾ ਸਾਰਾ ਐਪੀਸੋਡ ਦਾ ਮਤਲਬ ਹੈ ਕਿ ਚੇਂਜ ਆਪਣੇ 'ਚ ਲੈ ਕੇ ਆਓ, ਵਕਤ ਦੇ ਨਾਲ ਬਦਲਣਾ ਬਹੁਤ ਜ਼ਰੂਰੀ ਹੈ। ਚੇਂਜ ਲੈ ਕੇ ਆਓਗਾ, ਸੰਸਾਰ 'ਚ ਚੇਂਜ ਆਏਗਾ, ਜਦੋਂ ਸੰਸਾਰ 'ਚ ਚੇਂਜ ਆਏਗਾ ਸਾਰੀ ਦੁਨੀਆ ਬਦਲੇਗੀ ਜੀ। ਪਹਿਲਾ ਉਹ ਕਹਿੰਦੇ ਨਹੀਂ ਨਾ ਕਿ ਪਹਿਲਾ ਸਟੈਪ ਤੁਸੀਂ ਆਪਣੇ ਘਰ ਤੋਂ ਸ਼ੁਰੂ ਕਰੋ। ਅਸੀਂ ਜਾ ਕੇ ਮੱਲੇ 'ਚ ਕਹਿੰਦੇ ਜੀ ਉਹ ਗੰਦ ਪਾ ਰਹੇ ਜੀ, ਉਹ ਭਾਈ ਪਹਿਲੇ ਆਪਣੇ ਘਰ ਚੋਂ ਪਹਿਲਾ ਸਟੈਪ। ਜਿਹਦੀ ਕਿ ਮੁਸਲਮਾਨਾਂ ਦਾ ਬਿਲੀਵ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਪ੍ਰੋਫਟ ਮੁਹੰਮਦ ਨੇ ਨਾ, ਉਹਨਾਂ ਨੇ ਸਭ ਤੋਂ ਪਹਿਲੇ ਸ਼ੁਰੂ ਹੀ ਆਪਣੇ ਘਰੋਂ ਕੀਤਾ ਸੀ। ਅਤੇ ਕਹਿਣ ਦਾ ਮਕਸਦ ਹੈ ਕਿ ਐਵਰੀ ਹਿਊਮਨ ਬੀਂਗ ਤੁਹਾਨੂੰ ਸਾਰਿਆਂ ਨੂੰ ਆਪਣੇ ਘਰੋਂ ਪਹਿਲੇ ਸ਼ੁਰੂ ਕਰਨਾ ਹੈ, ਪੀਸਫੁਲੀ ਹਰ ਚੀਜ਼। ਬਾਹਰ ਕਹਿੰਦੇ ਨੇ ਨਾ ਕਿਸੇ ਨੂੰ ਕਹਿਣਾ ਬੜਾ ਆਸਾਨ ਹੈ, ਬਿਲਕੁਲ ਸਹੀ, ਕਰਨਾ ਸਭ ਤੋਂ ਅਸਲ ਕੰਮ ਹੁੰਦਾ ਕਿ ਕਰਕੇ ਦਿਖਾਉਣਾ ਕਿ ਵੀ ਭਾਈ ਮੈਂ ਕੀਤਾ ਹੈ। ਐਗਜ਼ਾਮਪਲ ਦੇਣਾ ਬੜੀ ਆਸਾਨ ਹੈ, ਐਗਜ਼ਾਮਪਲ ਬਣਨਾ ਬਹੁਤ ਔਖਾ ਹੁੰਦਾ। ਅਤੇ ਮੈਂ ਸਮਝਣਾ ਐਗਜ਼ਾਮਪਲ ਬਣੋ ਨਾ ਕਿ ਐਗਜ਼ਾਮਪਲਾਂ ਦੇਣੀਆਂ ਸ਼ੁਰੂ ਕਰ ਦੇਣੀਆਂ। ਅੱਜ ਮੈਂ ਇਸ ਚੀਜ਼ ਦਾ ਕਵਾਂਗਾ, ਸਾਡੇ ਕੈਮਰੇ ਦੇ ਪਿੱਛੇ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਨੇ, ਅੱਜ ਸਾਡਾ ਪਹਿਲਾ ਐਪੀਸੋਡ ਸਾਡੇ ਸਟੂਡੀਓ 'ਚ ਸ਼ੂਟ ਹੋ ਰਿਹਾ ਜੀ। ਆਮ ਤੌਰ 'ਤੇ ਅਸੀਂ ਰੈਂਟ ਕਰਕੇ, ਅੱਜ ਪਹਿਲਾ ਐਪੀਸੋਡ ਹੈ, ਅਤੇ ਅੱਜ ਮੇਰੇ ਡਾਇਰੈਕਟਰ ਸਾਹਿਬ ਨੇ ਮੈਨੂੰ ਕਿਹਾ ਕੰਗ੍ਰੈਚੁਲੇਸ਼ਨ, ਤੁਸੀਂ ਸਿਰਫ ਕਿਹਾ ਨਹੀਂ ਕਰਕੇ ਦਿਖਾਇਆ। ਕੋਸ਼ਿਸ਼ ਕਰ ਰਹੇ ਕਿ ਅਸੀਂ ਕਮਿਊਨਿਟੀ ਲਈ ਕੀ ਕਰ ਸਕਦੇ ਹਾਂ, ਮੈਸੇਜ ਕਿਵੇਂ ਪਹੁੰਚਾ ਸਕਦੇ ਹਾਂ। ਸਾਡੇ ਤਰਫ ਇੱਕ ਅੱਛੇ ਇਨਸਾਨ ਤੇ ਨਹੀਂ ਹੈਗੇ, ਲੇਕਿਨ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ। ਕੁਲਦੀਪ ਗਿੱਲ ਕੁਛ ਪਕਾ ਕੇ ਖਵਾਉਣਗੇ ਅੱਜ, ਕਿਉਂਕਿ ਦੋ ਦਿਨਾਂ ਦੀ ਮੈਂ ਦਾਲ ਪਕਾ ਕੇ ਖਵਾ ਰਹੀ ਹਾਂ, ਉਹ ਵੀ ਪਾਣੀ ਵਾਲੀ। ਇੱਕ ਜੇਲ੍ਹ ਚੋਂ ਨਿਕਲ ਕੇ ਜ਼ਰੂਰ ਬਣਾਉਂਗੇ, ਕਿਉਂਕਿ ਪਾਰਟੀ ਰੀਜ਼ਨ ਦੱਸਾਂ ਕਿਉਂ। ਇੱਕ ਤਾਂ ਸਲਮਾਨ ਖਾਨ ਜੀ ਬਾਹਰ ਆ ਗਏ, ਵਿਚ ਆਮ ਵੈਰੀ ਐਕਸਾਈਟਡ। ਸੈਕਿੰਡ ਜੀ, ਸਾਡਾ ਸਟੂਡੀਓ ਦਾ ਅੱਜ ਪਹਿਲਾ ਦਿਨ ਹੈਗਾ, ਸੋ ਜਿੰਨੀ ਸਾਡੀ ਟੀਮ ਹੈਗੀ ਹੈ, ਆਲ ਦੀ ਟੀਮ ਮੈਂਬਰ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਔਰ ਤੁਹਾਡਾ ਸਾਥ ਸਾਨੂੰ ਓਨਾ ਹੀ ਜ਼ਰੂਰੀ ਹੈ ਜਿਵੇਂ ਅਸੀਂ ਅੱਜ ਇੱਥੇ ਬੈਠੇ ਹਾਂ। ਡੀਐਮ ਵੀ, ਜੇ ਤੁਸੀਂ ਸਾਡੇ ਨਾਲ ਹੋ ਤਾਂ ਅਸੀਂ ਕਾਮਯਾਬ ਹੋਵਾਂਗੇ, ਜੇ ਅਸੀਂ ਘਰੇ ਕਾਮਯਾਬ ਹੋਵਾਂਗੇ ਤਾਂ ਅਸੀਂ ਬਾਹਰ ਜਾ ਕੇ ਕਾਮਯਾਬ ਹੋਵਾਂਗੇ, ਤਾਂ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ। ਅਤੇ ਲਓ ਜੀ, ਜਾਂਦੇ ਜਾਂਦੇ ਮੈਂ ਇਹ ਕਹਾਂਗੀ ਕਿ ਜੀ ਅਸੀਂ ਅੱਜ 48 ਮਿੰਟ ਤਾਂ ਲੈ ਗਏ ਹਾਂ, ਕੋਈ ਗੱਲ ਨਹੀਂ, ਅਤੇ ਵਿਚ ਇਜ਼ ਓਕੇ, ਕਿਉਂਕਿ ਅਸੀਂ ਸਾਡੇ ਨਾਲ ਅੱਜ ਮੇਰਾ ਭਰਾ ਜਿਹਨੂੰ ਅਸੀਂ ਮੈਂ ਕਹਿੰਦੀ ਹਾਂ ਸਾਡਾ ਸਲਮਾਨ ਖਾਨ ਆਇਆ, ਅਤੇ ਸ਼ੁਕਰ ਹੈ ਗੱਡੀ 'ਚ ਆਇਆ, ਸਰਕਾਰੀ ਗੱਡੀ 'ਚ ਨਹੀਂ ਆਇਆ, ਕੋਈ ਸਰਕਾਰੀ ਗੱਡੀ, ਇੱਕ ਸਰਕਾਰੀ ਗੱਡੀ 'ਚ ਜਾਂਦੇ, ਆਪਣੀ ਗੱਡੀ 'ਚ ਆਇਆ। ਸੋ ਹੁਣ ਅਸੀਂ ਪੁੱਛਾਂਗੇ, ਹੁਣ ਇਹਨੇ ਹੈਪੀ ਹੈਪੀ ਨੋਟ ਦੇ ਨਾਲ ਦੋ ਦੋ ਕੁਛ ਖਬਰੀਆਂ ਨੇ, ਇੱਕ ਤਾਂ ਸਾਡਾ ਸਟੂਡੀਓ ਬਣ ਗਿਆ, ਥੈਂਕ ਯੂ ਵੈਰੀ ਮਚ, ਮੈਨੂੰ ਨਹੀਂ ਪਤਾ ਜੀ, ਆਮ ਹੋਨੈਸਟ ਟੂ ਯੂ, ਮੈਂ ਬਿਲਕੁਲ ਨਹੀਂ ਆ ਰਿਹਾ। ਦੂਸਰਾ ਸਲਮਾਨ ਜੀ ਬਾਹਰ ਆ ਗਏ ਨੇ, ਔਰ ਹੁਣ ਇਹ ਦੱਸੋ ਕਿ ਤੁਸੀਂ ਸਾਡਾ ਸਲਮਾਨ ਖਾਨ ਅੱਗੇ ਕੀ ਕਰਦਾ ਪਿਆ। ਆਈ ਨੋ ਯੂ ਆਰ ਆਲਸੋ ਡੂਇੰਗ ਆਲਵੇਜ਼ ਡੂਇੰਗ ਸਮਥਿੰਗ, ਔਰ ਮੈਂ ਤੁਹਾਡਾ ਐਕਚੁਅਲੀ ਮੈਂ ਜਿਹੜਾ ਮੈਸੇਜ ਜਿਹੜੇ ਸਾਡੇ ਆਡੀਅੰਸ ਉਹਨਾਂ ਨਾਲ ਦੱਸ ਦਿਆਂ ਕਿ ਜਦੋਂ ਮੈਂ ਆਪਣਾ ਪੋਸਟਰ ਪਾਇਆ ਸੀ ਸਲਮਾਨ ਖਾਨ ਨਾਲ, ਜਦੋਂ ਮੈਂ ਲਿਖਿਆ ਸੀ ਆਈ ਸਟੈਂਡ ਵਿਦ ਯੂ, ਤਾਂ ਥੱਲੇ ਇਹਨਾਂ ਦਾ ਵੀ ਥੱਲੇ ਇੱਕ ਪੋਸਟਰ ਆਇਆ ਸੀ ਜਿਹੜਾ ਭੱਜਦੇ ਹੋਏ ਪੋਜ਼ ਹੈਗਾ, ਅਤੇ ਉਹਦੇ ਬਾਰੇ ਵੀ ਜ਼ਿਕਰ ਦੱਸੋ। ਐਕਚੁਅਲੀ ਮੈਂ ਜਿੰਨੇ ਵੀ ਮੈਸੇਜ ਦੇਣਾ ਨਾ, ਮੈਂ ਉਹ ਆਪਣੀ ਪਿਕਚਰ ਨਾਲ ਦੇਣਾ ਰਨਿੰਗ ਦੀ, ਕਿਉਂਕਿ That's what you are. ਮੇਰਾ ਬੈਕਗਰਾਊਂਡ ਮੈਰਾਥਨ ਦਾ ਹੈ, ਔਰ 35 ਈਅਰਸ ਰਨਿੰਗ ਦਾ ਬੈਕਗਰਾਊਂਡ ਹੈ। ਕਿਸੇ ਨੇ ਵੀਕ ਪਹਿਲੇ ਮੈਨੂੰ ਇਹ ਵੀ ਪੁੱਛਿਆ ਕਿ ਯਾਰ ਕਿੰਨੇ ਸਾਲ ਹੋ ਗਏ ਨੇ ਤੈਨੂੰ ਰਨ ਕਰਦੇ, ਮੈਂ ਕਿਹਾ ਯਾਰ 35-36 ਸਾਲ ਹੋ ਗਏ ਨੇ। ਅਤੇ ਉਹ ਕਹਿਣ ਦਾ ਮਕਸਦ ਹੈ ਕਿ ਮੈਂ ਉਸਦੇ ਨਾਲ, ਅੱਛਾ ਮੈਂ ਸਲਮਾਨ ਦੀ ਸਰਚ ਕੀਤੀ ਕਿ ਮੈਨੂੰ ਪਿਕਚਰ ਨਹੀਂ ਮਿਲ ਰਹੀ ਸੀ, ਮੈਂ ਕਿਹਾ ਉਹਨੂੰ ਰਨਿੰਗ ਵਾਲੀ, ਉਹ ਮੈਨੂੰ ਮਿਲ ਗਈ ਕਿਸੇ ਮੈਰਾਥਨ ਜਾਂ ਕਿਸੇ ਰਨਿੰਗ ਦੇ ਵਿੱਚ। ਉਹਨੇ ਮੇਰਾ ਖਿਆਲ ਬੰਬੇ ਪਾਰਟੀਸਪੇਟ ਕੀਤਾ, ਮੈਂ ਉਹ ਤਸਵੀਰ ਲਿੱਤੀ, ਉਹਨੂੰ ਨਾਲ ਜੋੜਿਆ, ਮੇਰਾ ਖਿਆਲ 2 ਘੰਟੇ ਲਾਏ, ਕਿਉਂਕਿ ਮੈਂ ਮੇਰੇ ਵਾਸਤੇ ਤਾਂ ਉਹ ਸਪੋਰਟਸਮੈਨ ਵੀ ਹੈ, ਕਿਉਂਕਿ ਉਹ
ਜਿੰਨੀ ਉਹ ਫਿਟਨੈਸ ਹੈ ਉਹ ਇੱਕ ਸਪੋਰਟਸਮੈਨ ਹੀ ਕਰ ਸਕਦਾ ਉਹ ਮੈਂ ਉਹਨੂੰ ਐਜ਼ ਅ ਸਪੋਰਟਸਮੈਨ ਜਿਵੇਂ ਅਕਸ਼ੇ ਕੁਮਾਰ ਵੀ ਇਜ਼ ਵੈਰੀ ਬਿਗ ਸਪੋਰਟਸਮੈਨ ਉਹ ਜੂਡੋ ਕਰਾਟੇ ਦੇ ਵਿੱਚ ਔਰ ਸੇਮ ਥਿੰਗ ਉਹ ਜਾਨ ਇਬ੍ਰਾਹਿਮ ਉਹ ਲੌਂਗ ਜੰਪਰ ਲੌਂਗ ਜੰਪਰ ਸੀ ਉਹਦਾ ਮੈਂ ਬੈਕਗਰਾਊਂਡ ਪੜਿਆ ਅਤੇ ਮੇਰਾ ਖਿਆਲ ਬੰਬੇ ਦੀ ਮੈਰਾਥਨ ਵੀ ਉਹੀ ਔਰਗਨਾਈਜ਼ ਹੁਣ ਕਰਵਾਉਂਦਾ ਹੈ ਜਿਹੜੀ ਬੰਬੇ ਮੈਰਾਥਨ ਹੈਗੀ ਅਤੇ ਬਹਰਹਾਲ ਮੇਰਾ ਪਲੈਨ ਖੁਦ ਵੀ ਇਹੋ ਹੀ ਚੱਲ ਰਿਹਾ ਕਿ ਸਪੋਰਟਸ ਦੇ ਵਿੱਚ ਕੋਈ ਬੈਕ ਐਕਟੀਵਿਟੀਜ਼ ਕੀਤੀ ਜਾਏ ਖਾਸ ਤੌਰ 'ਤੇ ਮੈਂ ਅੱਜ ਕੱਲ੍ਹ ਇੱਕ ਸੋਸ਼ਲ ਮੀਡੀਆ 'ਤੇ ਵੀ ਚਲਾ ਰਿਹਾ ਪ੍ਰਮੋਟ ਮੈਰਾਥਨ ਇਨ ਪਾਕਿਸਤਾਨ ਕਿਉਂਕਿ ਅਨਫੋਰਚੁਨੇਟਲੀ ਸਾਡੇ ਉੱਥੇ ਮੈਰਾਥਨ ਹੀ ਕੋਈ ਨਹੀਂ ਹੈ ਸਾਨੂੰ ਤਾਂ ਟੈਰਰਿਸਟਾਂ ਨੇ ਸਾਨੂੰ ਹਰ ਚੀਜ਼ ਤੋਂ ਪਹੁੰਚਾ ਦਿੱਤਾ ਅਸੀਂ ਉਸ ਚੱਕਰ 'ਚ ਕੋਸ਼ਿਸ਼ ਕਰ ਰਹੇ ਹਾਂ ਟੈਰਰਿਸਟਾਂ ਨੇ ਤੁਹਾਨੂੰ ਘਰ ਦੀ ਜ਼ਰੂਰਤ ਆ ਮਗਰ ਪਹੁੰਚਾਇਆ ਰੋਟੀ ਕਮਾ ਕੇ ਲਿਆਓ ਆਪਣੇ ਆਪ ਨੂੰ ਬਚਾਓ ਆਪਣੇ ਦੇਸ਼ ਆਪਣੇ ਘਰ 'ਚ ਡਰ ਕੇ ਰਹਿਣਾ ਪੈਂਦਾ ਆਪਣੇ ਆਪ ਨੂੰ ਬਚਾਓ ਆਪਾਂ ਕਿਹੜੀ ਸਦੀ ਚ ਆ ਗਏ ਆਪਣੇ ਆਪ ਨੂੰ ਬਚਾਉਂਦੇ ਰਵਾਂਗੇ ਤੇ ਪ੍ਰੋਗਰੈਸ ਕਿੱਥੋਂ ਕਰਾਂਗੇ ਫਿਰ ਆਪਾਂ ਪਿੱਛੇ ਰਹਿ ਜਾਵਾਂਗੇ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਜਿਹੜੇ ਵੀ ਟੈਰਰਿਸਟ ਨੇ ਕਿ ਅਗਰ ਉਹ ਕੁਝ ਚਾਹੁੰਦੇ ਨੇ ਦੇਸ਼ ਤੋਂ ਹੀ ਚਾਹੁੰਦੇ ਨੇ ਠੀਕ ਹੈ ਤੇ ਐਟਲੀਸਟ ਅਗਰ ਦੇਸ਼ ਬਚੇਗਾ ਤੇ ਤੁਸੀਂ ਕੁਝ ਕਰੋਗੇ ਜੇ ਤੁਸੀਂ ਬੰਦੇ ਹੀ ਮਾਰੀ ਜਾਓਗੇ ਉਸ ਜਗ੍ਹਾ ਤੇ ਹਕੂਮਤ ਕਰਕੇ ਕੀ ਕਰੋਗੇ ਜੇ ਤਾਂ ਕੋਈ ਬਚੇਗਾ ਹੀ ਨਹੀਂ ਇੱਕ ਚੀਜ਼ ਬੜੀ ਤੁਸੀਂ ਇੰਪੋਰਟੈਂਟ ਗੱਲ ਕੀਤੀ ਕਹਿੰਦੇ ਨੇ ਉਹ ਮੇਰੇ ਬੜੇ ਅੱਛੇ ਦੋਸਤ ਨੇ ਮੇਰਾ ਖਿਆਲ ਇੰਡੀਆ ਪਾਕਿਸਤਾਨ ਬਲਕਿ ਅਮਰੀਕਾ 'ਚ ਉਹਨਾਂ ਨੂੰ ਕੋਡ ਕੀਤਾ ਜਾਂਦਾ ਹੈ ਅਨਵਰ ਇਕਬਾਲ ਸਾਹਿਬ ਡੌਨ ਨਿਊਜ਼ ਪੇਪਰ ਦੇ ਨੇ ਪਾਕਿਸਤਾਨ ਦੇ ਉਹ ਇੰਡੀਆ 'ਚ ਮੈਨੂੰ ਕੋਡ ਕਰਦੇ ਨੇ ਉਹਨਾਂ ਦੀ ਨਿਊਜ਼ ਉਹ ਇੱਕ ਚੀਜ਼ ਬੜੀ ਖੂਬਸੂਰਤ ਬੋਲਦੇ ਨੇ ਮੈਂ ਉਹਨਾਂ ਕੋਲ ਲਾਸਟ 1.5 ਸਾਲ ਬਹੁਤ ਕੁਝ ਨੌਲੇਜ ਲਿੱਤਾ ਉਹ ਕਹਿੰਦੇ ਨੇ ਯਾਰ ਹਰ ਜਗ੍ਹਾ 'ਤੇ ਮਾਰ ਦਿਓ ਜਾਂ ਮਰ ਜਾਓ ਮਾਰ ਦਿਓ ਤਾਂ ਯਾਰ ਕੋਈ ਮਿਡਲ ਕੋਈ ਜ਼ਿੰਦਗੀ ਦੀ ਵੀ ਗੱਲ ਕਰੋ ਦੈਟਸ ਦਾ ਵੈਰੀ ਬਿਊਟੀਫੁਲ ਵਰਡ ਕਿ ਵੀ ਲਾਈਫ ਉਹ ਜ਼ਿੰਦਾ ਰਹਿ ਕੇ ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਜੀ ਕਿਉਂ ਕਹਿੰਦੇ ਨੇ ਕਿ ਜੀ ਤੁਸੀਂ ਫਾਂਸੀ ਜਾਂ ਡੈਥ ਪੈਨਲਟੀ ਨਾਲ ਉਹਨੂੰ ਜ਼ਿੰਦਾ ਰਹਿਣ ਦਿਓ ਉਹ ਤਾਂ ਕਿ ਉਹ ਕੰਮ ਕਰੇ ਜੇਲ੍ਹ ਦੇ ਵਿੱਚ ਸਾਰਾ ਕੁਝ ਪੂਰੀ ਜ਼ਿੰਦਗੀ ਯਾਦ ਹੈ ਕਿ ਮੈਂ ਗਲਤੀ ਕੀਤੀ ਤੁਸੀਂ ਮਾਰ ਦਿੱਤਾ ਤੇ ਉਹਦਾ ਛੁਟਕਾਰਾ ਹੋ ਗਿਆ ਜਿਸ ਤਰ੍ਹਾਂ ਮੈਂ ਸਲਮਾਨ ਖਾਨ ਦਾ ਕਿਹਾ ਕਿ ਵੀ ਉਹ ਇੱਕ 300-300 ਕਰੋੜ ਦੀ ਤੇ ਮੂਵੀ ਉਹ ਦੇ ਰਿਹਾ ਬੰਦਾ ਸੋਚੋ ਜ਼ਰਾ ਕਿ ਇਤਨਾ ਰਿਚ ਆਦਮੀ ਹੈ ਤੁਸੀਂ ਉਹਨਾਂ ਨੂੰ ਕਹੋ ਜੀ ਵੀ ਤੁਸੀਂ ਗ੍ਰੇਟ ਜੇ ਮਿਸਟੇਕ ਕੀਤੀ ਸੋਰੀ ਤੂੰ ਬੋਲ ਦਿੱਤਾ ਸਾਰਾ ਲੇਕਿਨ ਤੂੰ ਜੀ ਸਾਨੂੰ ਇਸ ਤਰ੍ਹਾਂ ਕਰਕੇ ਦੇ ਇਹ ਤਰੀਕਾ ਹੈ ਸਾਡੀ ਵਾਈਲਡ ਲਾਈਫ ਦਾ ਤੂੰ ਕਹਿਣ ਦਾ ਮਕਸਦ ਹੈ ਕੋਈ ਜਾਇਜ਼ ਵੇ ਨਾਲ ਨਾ ਕਿ ਤੁਸੀਂ ਇੱਕ ਐਕਸਟ੍ਰੀਮ 'ਤੇ ਲੈ ਜਾਓ ਪਰ ਇੱਥੇ ਸਾਡੇ ਲੋਕ ਨਾ ਅਮੈਰੀਕਾ 'ਚ ਰਹਿ ਕੇ ਵੀ ਇਹ ਸੋਚਦੇ ਨੇ ਉਹ ਜੀ ਬਸ ਦੇਖਿਆ ਜੀ ਸਲਮਾਨ ਖਾਨ ਦਾ ਜਸਟਿਸ ਆਇਆ ਉਹ ਪੈ ਜਾਣ ਉਹ ਜਿਹੜੇ ਪਿੱਛੇ ਬੰਦੇ ਮਰ ਰਹੇ ਨੇ ਜਿਹਨੂੰ ਤੁਸੀਂ ਉਹ ਜਿਸ ਬੰਦੇ ਨੂੰ ਇਹਨਾਂ ਹੀਰੋ ਬਣਾ ਦਿੱਤਾ ਉਹਨੂੰ ਤੋਬਾ ਮੇਰਾ ਖਿਆਲ ਹੈ ਕਿ ਉਹਨੂੰ ਬਿਲਕੁਲ ਭਗਵਾਨ ਵਾਲਾ ਦਰਜਾ ਦੇ ਦਿੱਤਾ ਜਿਹਨੇ ਵਿਚਾਰੇ ਮੁਸਲਮਾਨ ਨੂੰ ਮਾਰਿਆ ਇੱਕ ਬਜ਼ੁਰਗ ਜਿਹਾ ਸੀ ਉਹਨੂੰ ਕੁਆੜੀਆਂ ਨਾਲ ਮਾਰ ਕੇ ਵੀਡੀਓ ਲਾਈਵ ਕਰ ਦਿੱਤੀ ਤਾਂ ਉਹਨੂੰ ਕਹਿਤਾ ਜੀ ਇਹ ਤਾਂ ਬਹੁਤ ਅਜ਼ੀਮ ਬੰਦਾ ਵੈਕਅਪ ਮੈਨ ਇੱਕ 21ਵੀਂ ਸਦੀ ਜਾ ਰਹੀ ਹੈ ਅਤੇ ਖੁਦਾ ਦਾ ਨਾਂ ਜੇ ਇੰਡੀਆ ਪਾਕਿਸਤਾਨ ਬਲਕਿ ਸਾਊਥ ਏਸ਼ੀਆ ਨੂੰ ਵੀ ਬਦਲਣਾ ਚਾਹੀਦਾ ਲੜਾਈਆਂ ਝਗੜਿਆਂ 'ਚ ਕੁਝ ਨਹੀਂ ਪਿਆ ਇਤਫਾਕ ਨਾ ਕਰੋ ਅੱਗੇ ਤਰੱਕੀ ਕਰੋ ਚਲੋ ਫਿਰ ਆਪਾਂ ਅੱਜ ਵਧੀਆ ਰੋਟੀ ਖਾਵਾਂਗੇ ਸਲਮਾਨ ਖਾਨ ਦੀ ਚੈਨ ਨਾਲ ਔਰ ਅੱਜ ਪਾਰਟੀ ਕਰਾਂਗੇ ਵਾਂਸ ਅਗੇਨ ਸਾਡੇ ਤੋਂ ਕੋਈ ਗਲਤੀ ਹੋ ਗਈ ਸਾਨੂੰ ਮਾਫੀ ਕਰਨਾ ਜੀ ਤੇ ਅਸੀਂ ਅਗਲੇ ਐਪੀਸੋਡ ਹੋਇਆ ਭੁਲਾ ਚੁੱਕਾ ਦੀ ਖਿਮਾ ਕਿਉਂਕਿ ਕੁਲਦੀਪ ਨੇ ਅੱਜ ਇੱਕ ਨਵੀਂ ਲੈਂਗੁਏਜ ਨਾਲ ਸਾਨੂੰ ਮਾੜਵਾੜੀ ਲੈਂਗੁਏਜ ਵਿੱਚ ਖਮਾ ਗਣੀ ਤੋਂ ਸ਼ੁਰੂ ਕੀਤੀ ਸੀ ਖਮਾ ਗਣੀ ਹੀ ਕਹੂੰਗਾ ਖਮਾ ਦਾ ਮਤਲਬ ਹੈ ਸ਼ਮਾ ਗਣੀ ਮਤਲਬ ਹੈ ਲਾਟ ਸੋ ਸਾਡੇ ਸਾਰਿਆਂ ਨੂੰ ਖਮਾ ਗਣੀ ਥੈਂਕ ਯੂ